ਜਿਹੜਾ ਇਹਨਾਂ ਨੇ ਐਨਐਸ ਲਾ ਕੇ ਆਪਣੇ ਨੌਜਵਾਨ ਬਾਹਰ ਭੇਜੇ ਜ਼ਿਲ੍ਹਾ ਚ ਜਿਹਦੇ ਚ ਭਗਵੰਤ ਮਾਨ ਨੂੰ ਉਹਨਾਂ ਨੇ ਆਪਣਾ ਇੱਕ ਮੋਹਰਾ ਬਣਾਇਆ ਇਹ ਸਾਰੀਆਂ ਗੱਲਾਂ ਤਾਂ ਪੈਂਡਿੰਗ ਹੈਗੀਆਂ ਨੇ ਐਸਜੀਪੀਸੀ ਤੇ ਹਮਲਾ ਕਰਨਾ ਉਹ ਭਗਵੰਤ ਮਾਨ ਦੀ ਇੱਕ ਸਿਧਾਂਤਕ ਗਲਤੀ ਆ ਕਿੱਥੇ ਕੇਜਰੀਵਾਲ ਸਾਹਿਬ ਨੇ ਗੱਲ ਕੀਤੀ ਤੇ ਮੈਂ ਤਾਂ ਵੈਗਨਾਰ ਮੈਂ ਜਾਊਂਗਾ ਮੈਂ ਤਾਂ ਘਰ ਵੀ ਨਹੀਂ ਲੂੰਗਾ 50 ਕਰੋੜ ਰੁਪਇਆ ਇੱਕ ਘਰ ਤੇ ਲਾ ਦੇਣਾ ਇਹਦੇ ਨਾਲੋਂ ਜ਼ਿਆਦਾ ਵੱਡਾ ਵੀਆਈਪੀ ਕਲਚਰ ਕੀ ਹੋਊਗਾ ਇਹਨਾਂ ਦੀ ਘਰ ਵਾਲੀ ਕੋ ਗਨਮੈਨ ਕਮਾਂਡੋਜ਼ ਇਹਨਾਂ ਦੀ ਮਾਤਾ ਜੀ ਦੇ ਕੋਲ ਇਹਨਾਂ ਦੇ ਭੈਣ ਜੀ ਦੇ ਕੋਲ ਮੈਨੂੰ ਕਹਿ ਲੱਗਦਾ ਤਾਂ ਕਿ ਸ਼ਾਇਦ ਬਾਦਲ ਤੇ ਅਮਰਿੰਦਰ ਨੇ ਵੀ ਨਹੀਂ ਇਸ ਇਸ ਵੀਆਈਪੀ ਕਲਚਰ ਦਾ ਮੁਜ਼ਾਕਾ ਕੀਤਾ ਬੀਜੇਪੀ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਸਾਰਾ ਮੀਡੀਆ ਜ ਹਾਈਜੈਕ ਕਰ ਲਿਆ ਉਸ ਉਹਦਾ ਨਾਂ ਰੱਖ ਤਾ ਕੋਦੀ ਮੀਡੀਆ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਕੇਜਰੀਵਾਲ ਤੁਸੀਂ ਤੁਹਾਡਾ ਪ੍ਰੈਸ਼ਰ ਨਹੀਂ ਹੁੰਦਾ ਸੀ ਮੀਡੀਆ ਤੇ ਜਾਂ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੁੰਦਾ ਸੀ ਜੋ ਸੱਤਾ ਦੇ ਵਿੱਚ ਕਾਂਗਰਸ ਹੁੰਦੀ ਸੀ ਇੱਕ ਦਿਨ ਦੇ ਇਵੈਂਟ ਵਾਸਤੇ ਵੀ ਕੋਈ ਇੱਡੇ ਵੱਡੇ ਫਲੈਕਸ ਬੋਰਡ ਜਲਾਉਂਦਾ ਸਾਰਾ ਚੰਡੀਗੜ੍ਹ ਦੇ ਇਲੈਕਟ੍ਰੋਨਿਕ ਬੋਰਡਸ ਨਾਲ ਭਰਿਆ ਪਿਆ ਵਾ ਗੁਰਬਾਣੀ ਦਾ ਤਾਂ ਬੜਾ ਸ਼ੋਰ ਮਚਾਉਂਦੇ ਨੇ ਕਿ ਤੁਸੀਂ ਮੋਨੋਪੋਲਾਈਜ਼ ਕਰਤਾ ਜੀ ਗਲਤ ਕੀਤਾ ਜੀ ਫਲਾਨਾ ਕੀਤਾ ਵਿਧਾਨ ਸਭਾ ਦੀ ਲਾਈਵ ਪ੍ਰੋਸੀਡਿੰਗਸ 100% ਫੀਕ ਨਹੀਂ ਲਾਈਵ ਤਾਂ ਤੁਸੀਂ ਦਿਖਾ ਰਹੇ ਹੋ ਜੇ ਤੁਸੀਂ ਲੀਡਰ ਆਫ ਆਪੋਜੀਸ਼ਨ ਦਾ ਮਾਈਕ ਹੀ ਬੰਦ ਕਰਤਾ ਕੈਮਰਾ ਹੀ ਹਟਾ ਦਿੱਤਾ ਤੇ ਅਸੀਂ ਕੀ ਕਰਾਂਗੇ ਇਹ ਜਿਹੜੇ ਵਾਕਆਊਟ ਆ ਸਾਨੂੰ ਮਜਬੂਰੀ ਚ ਕਰਨੇ ਪੈਂਦੇ ਖੈਰਾ ਸਾਹਿਬ ਨੂੰ ਵੀ ਉਦੋਂ ਲੱਗਿਆ ਸੀ ਵੀ ਹਾਂ ਵਾਕਿਆ ਪਾਰਟੀ ਠੀਕ ਹੈ ਪੰਜਾਬ ਦਾ ਭਲਾ ਸੋਚੇਗੀ ਜਿਉਂ ਉਦੋਂ ਕੀ ਸੋਚ ਕੇ ਤੁਸੀਂ ਗੱਲਾਂ ਇਕੱਲੇ ਖੈਰੇ ਨੇ ਥੋੜੂ ਭੁਲਿਖਾ ਖਾਧਾ ਪੰਜਾਬ ਚ ਗੰਦ ਡਾਕਟਰ ਗਾਂਧੀ ਨੂੰ ਭਲੇਖਾ ਫੁੱਲਕੇ ਨੂੰ ਭਲੇਖਾ ਕੁੱਕੀ ਨੂੰ ਭਲੇਖਾ ਛੋਟੇਪੋਟੋ ਭਲੇਖਾ ਖੇਰੇ ਨੂੰ ਭਲੇਖਾ ਬਹਿ ਗਿਆ ਇਨਫੈਕਟ ਟੋਟਲ ਰੋਂਗ ਡਿਸੀਜਨ ਗਲਤੀ ਹੋਈ ਆ ਦੇ ਨੇ ਕਹਿੰਦੇ ਖੇਰਾ ਸਭ ਚਰਚਾ ਦੇ ਵਿੱਚ ਰਹਿਣ ਲਈ ਬਹੁਤ ਸਾਰੀਆਂ ਗੱਲਾਂ ਜਹੀਆਂ ਕਰਦੇ ਨੇ ਬੀਜੇਪੀ ਨੇ ਔਰ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਫੌਜ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਕਹਿੰਦੇ ਟਰੋਲ ਆਰਮੀ ਹਰ ਸਿਮਰਤ ਕੌਰ ਨੇ ਅਸਤੀਫਾ ਕਾਦ ਲਈ ਦਿੱਤਾ ਕਹਿੰਦੇ ਸੀ ਕਿਸਾਨਾਂ ਨਾਲ ਖੜਨਾ ਕਿਸਾਨ ਤਾਂ ਉੱਥੇ ਹੀ ਖੜੇ ਨੇ ਤਿੰਨੇ ਕਾਲੇ ਕਾਨੂੰਨ ਖੜੇ ਨੇ ਐਮਐਸਪੀ ਦਿੱਤੀ ਨਹੀਂ ਗਈ ਸਟੇਟ ਗਵਰਨਮੈਂਟ ਤਾਂ ਆਪ ਉਜੜੀ ਹੋਈ ਉਹਦੇ ਕੋਲ ਪੈਸੇ ਹੀ ਹੈ ਨਹੀਂਗਾ 1 ਲੱਖ ਕਰੋੜ ਦਾ ਕਰਜ਼ਾ ਕਿੱਦਾਂ ਮਾਫ਼ ਕਰ ਦੂ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਨਹੀਂ ਕਰ ਸਕੇ ਗਰੀਬਾਂ ਦੇ ਹੱਕ ਚ ਬੋਲਦੇ ਹਾਂ ਜ਼ੁਲਮ ਦੇ ਖਿਲਾਫ ਲੜਦੇ ਹਾਂ ਤੁਹਾਡੀ ਦੁਨੀਆ ਪਰ ਚ ਰਿਸਪੈਕਟ ਬਣਦੀ ਹੈ ਮੰਤਰੀ ਤਾਂ ਸਿਰਫ ਗੱਡੀ ਦੇ ਅੱਗੇ ਝੰਡੀ ਲੱਗਦੀ ਹੈ ਨਾ ਉੱਥੇ ਤੁਹਾਡੀ ਜ਼ਿੰਦਗੀ ਦੇ ਅੱਗੇ ਝੰਡੀ ਲੱਗੀ ਹੁੰਦੀ ਹੈ ਇਹ ਸੁਨੀਲ ਜਾਕੜ ਇੱਕ ਅੱਛਾ ਆਦਮੀ ਆ ਸਤਿ ਸ੍ਰੀ ਅਕਾਲ ਵੀ ਸੋਸ਼ਲ ਤੇ ਪ੍ਰੋਗਰਾਮ ਸਿਆਸੀ ਖੰਡ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਤਰਮਣਵਾਸ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਸਾਰੇ ਮਸਲੇ ਨੇ ਜਿਹੜੇ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਨਾਲ ਹੀ ਪੰਜਾਬ ਤੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੂੰ ਲਾ ਦਿੱਤਾ ਉਸ ਤੋਂ ਬਾਅਦ ਕਾਂਗਰਸ ਨੇ ਇੱਕ ਕਮੇਟੀ ਵੀ ਬਣਾ ਦਿੱਤੀ ਆ ਅਕਾਲੀ ਦਲ ਦੀ ਮੀਟਿੰਗ ਹੁੰਦੀ ਆ ਤਾਂ ਜਾਨੀ ਕਿ ਸਿਆਸਤ ਦੇ ਵਿੱਚ ਹਲਚਲ ਜਿਹੜੀ ਆ ਉਹ ਨਜ਼ਰ ਆਉਣ ਲੱਗੀ ਆ ਤੇ ਅੱਜ ਪੂਰੀ ਗੱਲਬਾਤ ਨੂੰ ਲੈ ਕੇ ਸਾਡੇ ਨਾਲ ਚਰਚਾ ਕਰਨ ਦੇ ਲਈ ਹੋਣਗੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਸਵਾਗਤ ਕਰ ਲੈਨੇ ਖਹਿਰਾ ਸਾਹਿਬ ਸਵਾਗਤ ਸਵੀਕਾਰ ਬਹੁਤ ਸ਼ੁਕਰੀਆ ਸਾਰਿਆਂ ਨੂੰ ਮੇਰੀ ਫਤਿਹ ਜੀ ਜੀ ਸੇਤਾ ਠੀਕ ਨਹੀਂ ਖਹਿਰਾ ਸਾਹਿਬ ਬਿਲਕੁਲ ਠੀਕ ਦਿਖ ਲਾ ਜੇ ਮੈਂ ਸ਼ੁਰੂ ਕਰ ਲਵਾਂ ਸੁਨੀਲ ਜਾਖੜ ਤੋਂ ਸ਼ੁਰੂ ਕਰ ਲੈਂਦੇ ਆ ਪ੍ਰਧਾਨ ਲਾ ਦਿੱਤਾ ਉਸ ਤੋਂ ਬਾਅਦ ਕਾਂਗਰਸ ਦੀ ਕਮੇਟੀ ਅਕਾਲੀ ਦਲ ਦੀ ਮੀਟਿੰਗ ਤੁਹਾਨੂੰ ਲੱਗਦਾ ਕਿ ਸਾਰੀਆਂ ਪਾਰਟੀਆਂ ਦੇ ਲਈ ਇੱਕ ਤਰ੍ਹਾਂ ਦੀ ਚੁਣੌਤੀ ਹੈ ਸੁਨੀਲ ਜਾਖੜ ਤੁਹਾਡੇ ਲਈ ਤਾਂ ਖਾਸ ਤੌਰ ਤੇ ਹੋਵੇਗਾ ਕਿਉਂਕਿ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਤੁਹਾਡੇ ਸੂਬਾ ਪ੍ਰਧਾਨ ਰਹੇ ਨੇ ਦੇਖੋ ਇਹ ਮੇਰਾ ਖਿਆਲ ਹੈ ਕਿ ਕੋਈ ਕੋਇਨਸੀਡੈਂਸੀ ਆ ਕਿ ਸਾਰੀਆਂ ਪਾਰਟੀਆਂ ਦੀ ਹਲਚਲ ਜੀ ਹੋ ਰਹੀ ਨਜ਼ਰ ਆ ਰਹੀ ਆ ਚੁਣੌਤੀ ਤਾਂ ਪੋਲਿਟਿਕਸ ਵਿੱਚ ਰਹਿੰਦੀ ਆ ਜਿਹੜੀ ਪੰਜਾਬ ਦੀ ਸਰਕਾਰ ਆ ਇਹਨੂੰ ਜਿਹੜੀਆਂ ਇਹਨਾਂ ਦੀਆਂ ਗਲਤ ਨੀਤੀਆਂ ਨੇ ਪੰਜਾਬ ਦੇ ਵਿੱਚ ਆਪੋਜੀਸ਼ਨ ਦਾ ਕੰਮ ਹੈ ਉਹਨਾਂ ਨੂੰ ਟੋਕਣਾ ਉਹਨਾਂ ਨੂੰ ਹਾਈਲਾਈਟ ਕਰਨਾ ਉਹਨਾਂ ਨੂੰ ਪਬਲਿਕ ਡੋਮੇਨ ਚ ਲੈ ਕੇ ਆਉਣਾ ਮੈਨੂੰ ਨਹੀਂ ਲੱਗਦਾ ਕੋਈ ਕੋਈ ਪਲਾਨਡ ਤਰੀਕੇ ਨਾਲ ਹੋਇਆ ਵਾ ਔਰ ਜਿੱਥੋਂ ਤੁਸੀਂ ਸੁਨੀਲ ਜੀ ਦੀ ਗੱਲ ਕੀਤੀ ਸੁਨੀਲ ਜਾਗੜ ਇੱਕ ਅੱਛਾ ਆਦਮੀ ਆ ਠੀਕ ਆ ਜੋ ਭਾਜੀਪੀ ਦੇ ਵਿੱਚ ਨੇ ਲੇਕਿਨ ਜਿੰਨਾ ਸਮਾਂ ਉਹਨਾਂ ਨੇ ਮੇਰੇ ਨਾਲ ਅਸੀਂ ਸਾਰਿਆਂ ਨੇ ਕੰਮ ਕੀਤਾ ਬੇਸਿਕਲੀ ਇਜ਼ ਅ ਗੁੱਡ ਹਿਊਮਨ ਬੀਇੰਗ ਅਕਾਲੀ ਦਲ ਦੀ ਆਪਣੀ ਰਣਨੀਤੀ ਆ ਉਹ ਹੁਣ ਫਸੇ ਹੋਏ ਨੇ ਕਿ ਬੀਜੇਪੀ ਦੇ ਨਾਲ ਵਾਪਸ ਚਾਹੀਏ ਕਿ ਨਾ ਚਾਹੀਏ ਕਿਉਂਕਿ ਮੇਰਾ ਖਿਆਲ ਆ ਕਿ ਕੀ ਕਹਿੰਦੇ ਅਗਰ ਇਹ ਬਿਨਾਂ ਸ਼ਰਤ ਤੋਂ ਬੀਜੇਪੀ ਨਾਲ ਚੱਲ ਜਾਂਦੇ ਨੇ ਕਾਲੇ ਕਾਨੂੰਨ ਤਾਂ ਜਿਉਂਦੇ ਤੇ ਉਹ ਖੜੇ ਨੇ ਜੀ ਮਿਨਿਮਮ ਸਪੋਰਟ ਪ੍ਰਾਈਸ ਦਾ ਕੋਈ ਫੈਸਲਾ ਨਹੀਂ ਹੋਇਆ ਜੋ ਪੰਜਾਬ ਦੇ ਵਿੱਚ ਬੀਜੇਪੀ ਦਾ ਇੱਕ ਵਿਰੋਧੀ ਐਂਟੀ ਸਿੱਖ ਰੋਲ ਨਜ਼ਰ ਆ ਰਿਹਾ ਚਾਹੇ ਉਹ ਜਿਹੜਾ ਇਹਨਾਂ ਨੇ ਐਨਐਸਏ ਲਾ ਕੇ ਆਪਣੇ ਨੌਜਵਾਨ ਬਾਹਰ ਭੇਜੇ ਜ਼ਿਲ੍ਹਾ ਚ ਜਿਹਦੇ ਚ ਭਗਵੰਤ ਮਾਨ ਨੂੰ ਉਹਨਾਂ ਨੇ ਆਪਣਾ ਇੱਕ ਮੋਹਰਾ ਬਣਾਇਆ ਇਹ ਸਾਰੀਆਂ ਗੱਲਾਂ ਤਾਂ ਪੈਂਡਿੰਗ ਹੈਗੀਆਂ ਨੇ ਜੀ ਤਾਂ ਤੁਹਾਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਜਿਵੇਂ ਤੁਸੀਂ ਗੱਲ ਕੀਤੀ ਕਾਂਗਰਸ ਤੇ ਚੰਗਾ ਕੰਮ ਕੀਤਾ ਉਹਨਾਂ ਨੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਾਂਗਰਸ ਦੀਆਂ ਕੁਝ ਗੱਲਾਂ ਹੋਣਗੀਆਂ ਜਿਹੜੀਆਂ ਤੇ ਸੁਨੀਲ ਜਾਖੜ ਨੂੰ ਬਾਹਰ ਜਾਣਾ ਪਿਆ ਅੱਜ ਭਾਜਪਾ ਦੇ ਵਿੱਚ ਨੇ ਜਿਹੜੇ ਉਹਨਾਂ ਦੇ ਪਿਤਾ ਜੀ ਵੀ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਦੇਖੋ ਇਹ ਹੈ ਕਿ ਤੁਸੀਂ ਉਹ ਜੋ ਕੁਝ ਸੁਨੀਲ ਜਾਖੜ ਦਾ ਚੋਣਾ ਤੋਂ ਪਹਿਲਾਂ ਜੋ ਕੁਝ ਵਾਪਰਿਆ ਉਹ ਤੁਹਾਡੇ ਸਾਹਮਣੇ ਕੋ ਲੁਕਿਆ ਥੋੜਾ ਉਹ ਤਾਂ ਆਪਣੀ ਗੱਲ ਦੱਸ ਕੇ ਗਏ ਨੇ ਕਿ ਮੈਂ ਚੱਲਿਆ ਵਾ ਜੀ ਮੇਰੀ ਉੱਥੇ ਮਤਲਬ ਜਿਹੜੀ ਉਹਨਾਂ ਦੀ ਕੋ ਸਹਿਮਤੀ ਨਹੀਂ ਰਹੀ ਪਾਰਟੀ ਨਾਲ ਦੇਖੋ ਗੱਲ ਇਹ ਆ ਕਿ ਜਿਹੜੀਆਂ ਡਿਫੈਕਸ਼ਨਸ ਨੇ ਨਾ ਜਦੋਂ ਪਾਰਟੀ ਬਦਲਨੀ ਆ ਇਹਦੇ ਦੋ ਤਰ੍ਹਾਂ ਦੇ ਪੈਮਾਨੇ ਨੇ ਇੱਕ ਡਿਫੈਕਸ਼ਨ ਹੁੰਦੀ ਹੈ ਪਿਓਰਲੀ ਕੋਈ ਕੁਰਸੀ ਲੈਣ ਵਾਸਤੇ ਜਿੱਦਾਂ ਅਜੀਤ ਪੁਵਾੜ ਨੇ ਡਿਫੈਕਟ ਕੀਤਾ ਹੁਣੇ ਐਨਸੀਪੀ ਚੋ ਯਾ ਉਹ ਤੋਂ ਪਹਿਲਾਂ ਇਕਨਾਥ ਸ਼ਿੰਦੇ ਨੇ ਡਿਫੈਕਟ ਕੀਤਾ ਸੰਦਾ ਚੀਫ ਮਿਨਿਸਟਰ ਇਹ ਹੁੰਦੀ ਹੈ ਡਿਫੈਕਸ਼ਨ ਫੋਰ ਕੀ ਕਹਿੰਦੇ ਹੁੰਦੇ ਆ ਕਿ ਫੋਰ ਸਮ ਫੋਰ ਸਮ ਪੋਜੀਸ਼ਨ অর ਪਾਵਰ ਇੱਕ ਹੁੰਦੀ ਹੈ ਡਿਫੈਕਸ਼ਨ ਕਿਸੇ ਕੌਜ਼ ਵਾਸਤੇ ਕਿਉਂਕਿ ਜੇ ਤੁਸੀਂ ਕਹੋਗੇ ਪੋਲਿਟਿਕਸ ਵਿੱਚ ਲੋਕੀ ਜਿਹੜੇ ਨੇ ਕੋਈ ਗੁਲਾਮ ਬਣ ਕੇ ਪਾਰਟੀਆਂ ਚੱਲਣਗੇ ਇਦਾਂ ਹਰ ਵੇਲੇ ਪੋਸੀਬਲ ਨਹੀਂ ਹਰ ਇੱਕ ਲਈ ਪੋਸੀਬਲ ਨਹੀਂ ਜੀ ਉਸ ਦਾ ਬਹੁਤ ਸਾਰੇ ਸਿਆਸਤਦਾਨ ਨੇ ਜਿਹੜੇ ਲਕੀਰ ਦੇ ਫਕੀਰ ਨੇ ਜੋ ਮਰਜ਼ੀ ਪਾਰਟੀ ਕਰੀ ਜੀ ਉਹ ਉਹਦੇ ਨਾਲ ਨੇ ਕੁਝ ਇੰਡੀਪੈਂਡੈਂਟ ਟਾਈਪ ਮਾਈਂਡ ਹੁੰਦੇ ਨੇ ਜਦੋਂ ਮੈਂ ਕੱਲ ਸਦਾ ਬੀਰ ਦਵਿੰਦਰ ਸਿੰਘ ਦੇ ਗਿਆ ਅਫਸੋਸ ਕਰਨ ਉਹ ਇੰਡੀਪੈਂਡੈਂਟ ਥਿੰਕਰ ਸੀਗਾ ਜੀ ਤਾਂ ਲੋਕਾਂ ਨੂੰ ਕੇਰੀਆਂ ਲੱਗਦਾ ਕਿ ਬੜੀਆਂ ਪਾਰਟੀਆਂ ਬਦਲੀਆਂ ਲੇਕਿਨ ਜਿਹੜਾ ਆਦਮੀ ਥੋੜਾ ਆਜ਼ਾਦ ਖਿਆਲਤ ਰੱਖਦਾ ਉਹ ਹਰ ਵਕਤ ਗੁਲਾਮੀ ਨਹੀਂ ਕਰ ਸਕਦਾ ਸੋ देयर आर ਪੀਪਲ ਲਾਈਕ ਦਿਸ ਇਨ ਪੋਲਿਟਿਕਸ ਜੀ ਤਾਂ ਫਿਰ ਕੱਲ ਕਾਲੀ ਦਲ ਦੀ ਮੀਟਿੰਗ ਉਹਨਾਂ ਨੇ ਕਿਹਾ ਪਿਛਲੇ ਦਿਨਾਂ ਤੋਂ ਬਵਾਦ ਲੰਬੇ ਸਮੇਂ ਤੋਂ ਆਪਣਾ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਉਹ ਕਹਿੰਦੇ ਵੀ ਹੁਣ ਅਸੀਂ ਦਖਲ ਹੰਦਾ ਜੀ ਨਹੀਂ ਕਰਾਂਗੇ ਟੈਂਡਰ ਪ੍ਰਕਿਰਿਆ ਤੋਂ ਵੀ ਸਾਡਾ ਬਾਹਰ ਹੋਵੇਗਾ ਚੈਨਲ ਸੁਖਵੀਰ ਉਹ ਕਹਿੰਦੇ ਅਸੀਂ ਤਾਂ ਸੇਵਾ ਕਰ ਰਹੇ ਸੀ ਅਸੀਂ ਤਾਂ ਕੋਈ ਲਾਹੇ ਨਹੀਂ ਲੈ ਰਹੇ ਤੁਹਾਨੂੰ ਕੀ ਲੱਗਦਾ ਇਹ ਬਵਾਦ ਆ ਜਿਹੜਾ ਹੁਣ ਕਿਉਂ ਹੋਇਆ ਜੇ ਇਹ ਪਹਿਲਾਂ ਵੀ ਹੋ ਸਕਦਾ ਸੀ ਇਹ ਪੂਰਾ ਬਵਾਦ ਕੀ ਹੈ ਉਹ ਦਖਲ ਅੰਦਾਜ਼ੀ ਪੰਜਾਬ ਸਰਕਾਰ ਦੀ ਬਿੱਲ ਦਾ ਰੌਲਾ ਦੇਖੋ ਮੇਰਾ ਖਿਆਲ ਹੈ ਕਿ ਦੋ ਗੱਲਾਂ ਨੇ ਇਹਦੇ ਵਿੱਚ ਜਿਹੜਾ ਇਹ ਹਰ ਵਿਅਕਤੀ ਚਾਹੁੰਦਾ ਵਾ ਕਿ ਜਿਹੜੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਇਹ ਕੰਪਲੀਟਲੀ ਇੰਡੀਪੈਂਡੈਂਟ ਚਾਹੀਦਾ ਇਹਦੇ 'ਚ ਕਿਸੇ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਇਹਦੇ ਤੇ ਉੱਕੀ ਕਹਿੰਦੇ ਹੁੰਦੇ ਕੋਈ ਦਖਲ ਅੰਦਾਜ਼ੀ ਦਖਲ ਅੰਦਾਜ਼ੀ ਜਾਂ ਮਨੋਪੋਲੀ ਨਹੀਂ ਚਾਹੀਦੀ ਬਿਲਕੁਲ ਠੀਕ ਹੈ ਸਾਰੇ ਚੈਨਲ ਦਿਖਾਉਣ ਸਾਰੇ ਵਿਸ਼ਵ ਦੇ ਵਿੱਚ ਜਾਵੇ ਔਰ ਸਾਰੀ ਦੁਨੀਆ ਦੇਖੇ ਜੀ ਇੱਥੇ ਤੱਕ ਤਾਂ ਬਾਦਲ ਦਾ ਪਰਿਵਾਰ ਦਾ ਗਲਤ ਸੀਗਾ ਜਦੋਂ ਇੱਕ ਆਪਣੇ ਹੀ ਟੈਲੀਵਿਜ਼ਨ ਚੈਨਲ ਦੇ ਰਾਹੀਂ ਉਹ ਦਿਖਾ ਰਹੇ ਸੀ ਲੇਕਿਨ ਭਗਵੰਤ ਮਾਨ ਦੀ ਇਹ ਮੁਦਾਖਲਤ ਇਹਦਾ ਬਹਾਨਾ ਬਣਾ ਕੇ ਐਸਜੀਪੀਸੀ ਤੇ ਹਮਲਾ ਕਰਨਾ ਉਹ ਭਗਵੰਤ ਮਾਨ ਦੀ ਇੱਕ ਸਿਧਾਂਤਕ ਗਲਤੀ ਹੈ ਔਰ ਇਹ ਗਲਤੀ ਪਹਿਲਾਂ ਕਿਸੇ ਵਕਤ ਸਰਦਾਰ ਪ੍ਰਤਾਪ ਸਿੰਘ ਕੈਰੋਂ ਜਿਹੜੇ ਕਾਂਗਰਸ ਦੇ ਚੀਫ ਮਿਨਿਸਟਰ ਸੀਗੇ ਉਹਨਾਂ ਨੇ ਯਤਨ ਕੀਤਾ ਸੀਗਾ ਅਲਟੀਮੇਟਲੀ ਮਾਸਟਰ ਤਾਰਾ ਸਿੰਘ ਜੀ ਤੇ ਪੰਡਿਤ ਜਵਾਲਾ ਨਹਿਰੂ ਦੀ 1960 ਦੇ ਵਿੱਚ ਮੀਟਿੰਗ ਹੁੰਦੀ ਹੈ ਔਰ ਫਿਰ ਪ੍ਰਾਈਮ ਮਿਨਿਸਟਰ ਨੇ ਤੇ ਗਵਰਨਮੈਂਟ ਨੇ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਐਸਜੀਪੀਸੀ ਦੇ ਜਨਰਲ ਹਾਊਸ ਦੀ ਪ੍ਰਵਾਨਗੀ ਤੋਂ ਬਗੈਰ ਕੋਈ ਛੇੜਛਾੜ ਨਹੀਂ ਕਰਾਂਗੇ ਇਹ ਇਤਿਹਾਸਕ ਇੱਕ ਡਾਕੂਮੈਂਟ ਪਿਆ ਵਾ ਇੱਕ ਮਤਲਬ ਔਰ ਉਸ ਤੋਂ ਬਾਅਦ ਪਤਪ ਸਿੰਘ ਕਹਿੰਦਾ ਨਹੀਂ ਹਟੇ ਉਹਨਾਂ ਨੇ ਸਾਧ ਸੰਗਤ ਬੋਰਡ ਬਣਾ ਕੇ ਤੇ ਐਸਜੀਪੀਸੀ ਦੀ ਚੋਣ ਲੜੀ ਪਰ ਉਹਨਾਂ ਨੂੰ ਸਿਰਫ 4 ਮੈਂਬਰ ਹਾਸਲ ਹੋਏ ਉਸ ਤੋਂ ਬਾਅਦ ਕਾਂਗਰਸ ਨੇ ਇਸ ਗੱਲ ਦੇ ਵਿੱਚ ਮੁਨਾਸਬ ਸਮਝਿਆ ਕਿ ਅਸੀਂ ਧਰਮ 'ਚ ਦਖਲਅੰਦਾਜ਼ੀ ਨਾ ਦੇਈਏ ਭਗਵੰਤਪਾਣੂ ਉਹੀ ਗਲਤੀ ਦੁਬਾਰਾ ਦੁਹਰਾ ਰਿਹਾ ਵਾ ਇਹਨਾਂ ਨੂੰ ਐ ਲੱਗਦਾ ਵਾ ਬਹਾਨਾ ਗੁਰਬਾਣੀ ਦਾ ਅਟੈਕ ਬੇਸਿਕਲੀ ਔਨ ਦੀ ਐਸਜੀਪੀਸੀ ਇਲੈਕਟਿਡ ਬਾਡੀ ਉਹਨਾਂ ਨੂੰ ਲੱਗਦਾ ਕਿ ਕੇਜਰੀਵਾਲ ਉਹਨਾਂ ਦੇ ਪਿੱਛੋਂ ਇਹ ਕੋਸ਼ਿਸ਼ ਹੈ ਕਿ ਕਿ ਅਸੀਂ ਸੱਤਾ ਵਿੱਚ ਤਾਂ ਆ ਹੀ ਗਏ ਆ ਤੇ ਕਿਉਂ ਨਾ ਪੰਥਕ ਪਲੇਟਫਾਰਮ ਨੂੰ ਵੀ ਆਪਣੇ ਅਧੀਨ ਕਰ ਲਈਏ ਤਾਂ ਕਿ ਸਾਰਾ ਕੁਝ ਸਾਡੇ ਕੋਲ ਆ ਜਾਵੇ ਗੁਰਦੁਆਰਾ ਸਾਹਿਬ ਵੀ ਆ ਜਾਣ ਉਹਨਾਂ ਦੇ ਸਕੂਲਸ ਉਹਨਾਂ ਦੇ ਕਾਲਜਸ ਜਿਹੜਾ ਕਿ ਸਿੱਖਾਂ ਲਈ ਬਹੁਤ ਇੱਕ ਘਾਤਕ ਗੱਲ ਆ ਮੇਰਾ ਮੰਨਣਾ ਮੇਰਾ ਸਾਡੇ ਬਾਦਲ ਨਾਲ 100 ਵਾਰੀ ਬਾਦਲ ਪਰਿਵਾਰ ਨਾਲ ਡਿਫਰੈਂਸਸ ਬਟ ਐਸਜੀਪੀਸੀ ਸ਼ੁਡ ਰਿਮੇਨ ਸੋਲੀ ਇਨ ਦੀ ਹੈਂਡਸ ਆਫ ਇਲੈਕਟਿਡ ਪੀਪਲ ਐਂਡ ਜਿਹੜੇ ਅਸਲ ਸਹੀ ਮਾਨਿਆਂ ਵਿੱਚ ਸਿੱਖੀ ਦਾ ਪ੍ਰਚਾਰ ਦੇ ਇਲਮ ਰੱਖਦੇ ਨੇ ਤੇ ਸਿੱਖੀ ਭਾਵਨਾਵਾਂ ਤੇ ਜਜ਼ਬਾਤਾਂ ਦੇ ਅਨੁਕੂਲ ਚੱਲਦੇ ਨੇ ਐਸਜੀਪੀਸੀ ਕਿਸੇ ਗੈਰ ਪੰਜਾਬੀ ਕੋ ਕਿਸੇ ਗੈਰ ਸਿੱਖ ਦੇ ਕੋਲ ਹਰ ਕਿਸੇ ਨੇ ਜਾਣੇ ਚਾਹੀਦਾ ਜੀ ਖੇਰਾ ਸਾਹਿਬ ਇੱਕ ਹੋਰ ਵੀ ਹੈ ਜਦੋਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਨਾਲ ਇਹ ਵੀ ਕਹਿੰਦੇ ਨੇ ਕਹਿੰਦੇ ਸਿਰਫ 1 ਸਾਲ ਦਾ ਸਮਾਂ ਹੋਇਆ 1 ਸਾਲ ਤੋਂ ਵੱਧ ਦਾ ਸਮਾਂ ਕਾਂਗਰਸ ਸੱਤਾ ਦੇ ਵਿੱਚ ਲੰਬੇ ਸਮੇਂ ਤੋਂ ਆ ਉਹ ਦੇਸ਼ ਦੇ ਵਿੱਚ ਵੀ ਉਹਨਾਂ ਦੀ ਸੱਤਾ ਆ ਗਈ ਪਰ ਸਾਡੇ ਤੇ ਸਵਾਲ ਕਿਉਂ ਆ ਕਹਿੰਦੇ ਅਸੀਂ ਤਾਂ ਸਾਰਾ ਕੁਝ ਠੀਕ ਕਰ ਰਹੇ ਹਾਂ ਟੋਲ ਪਲਾਟਾਂ ਦਾ ਜ਼ਿਕਰ ਕਰਦੇ ਨੇ ਨਹਿਰੀ ਪਾਣੀ ਦਾ ਜ਼ਿਕਰ ਕਰਦੇ ਨੇ ਹੋਰ ਬੜੇ ਜ਼ਿਕਰ ਕਰਦੇ ਨੇ ਉਹ ਕਹਿੰਦੇ ਐਵੇਂ ਹੀ ਫालतू ਸਾਨੂੰ ਬਦਨਾਮ ਕੀਤਾ ਜਾਂਦਾ ਵਿਰੋਧੀ ਚਾਹੁੰਦੇ ਨੇ ਕਿ ਇਹ ਕੰਮ ਨਾ ਕਰ ਸਕਣ ਪਰ ਕਹਿੰਦੇ ਲੋਕ ਸਾਡੇ ਨਾਲ ਨੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਭਗਵੰਤ ਹੁਣ ਮਾਨ ਹੋਣਿਆ ਨੇ ਸ਼ੇਅਰ ਕੀਤੀਆਂ ਨੇ ਉਹ ਕਹਿੰਦੇ ਦੇਖੋ ਲੋਕ ਬੜੇ ਖੁਸ਼ ਨੇ ਓਕੇ ਠੀਕ ਹੈ ਇਹ ਹਰ ਪੋਲੀਟਿਕਲ ਪਾਰਟੀ ਨੇ ਸਰਕਾਰ ਵਿੱਚ ਕੋਸ਼ਿਸ਼ ਕਰਨੀ ਕਿ ਅਸੀਂ ਆਪਣੇ ਕੰਮਾਂ ਦੀ ਗੱਲ ਦੀ ਵਜਾਹਤ ਕਰੀਏ ਤੇ ਆਪੋਜੀਸ਼ਨ ਨੇ ਕੋਸ਼ਿਸ਼ ਕਰਨੀ ਕਿ ਅਸੀਂ ਇਹਨਾਂ ਨੂੰ ਘੇਰੀਏ ਹੁਣ ਸਭ ਤੋਂ ਇੰਪੋਰਟੈਂਟ ਛੋਟੇ ਮੁੱਡੇ ਛੱਡ ਦੇਣੇ ਕੀ ਆ ਕੀਤਾ ਜੋ ਕੀਤਾ ਪਹਿਲਾਂ ਆਪਾਂ ਸਿਧਾਂਤ ਦੇਖੋ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੈਦਾ ਕਿੱਥੋਂ ਹੋਏ ਨੇ ਇੱਕ ਅੰਦੋਲਨ ਚੋਂ ਪੈਦਾ ਹੋਏ ਬਿਲਕੁਲ ਉਸ ਅੰਦੋਲਨ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਸਾਰਾ ਦੇਸ਼ ਨਾ ਗੰਦਲਾ ਜਿਹਾ ਹੋਇਆ ਪਿਆ ਆਓ ਆਪਾਂ ਇੱਕ ਰਾਜਨੀਤਿਕ ਪਰਵਰਤਨ ਲੈ ਕੇ ਆਈਏ ਉਹਨੂੰ ਬਦਲਾਵ ਕਹਿੰਦੇ ਨੇ ਜੀ ਮੈਂ ਜ਼ਿਆਦਾ ਤਾਂ ਗੱਲਾਂ ਨਹੀਂ ਕਰਦਾ ਆਪਾਂ ਤਿੰਨ ਚਾਰ ਗੱਲਾਂ ਕਰ ਲਈ ਇੱਕ ਉਹਨਾਂ ਨੇ ਕਿਹਾ ਸੀ ਵੀਆਈਪੀ ਕਲਚਰ ਸ਼ਨ ਕਰਾਂਗੇ ਬਿਲਕੁਲ ਵੀਆਈਪੀ ਕਲਚਰ ਕੀ ਹੁੰਦਾ ਵਾ ਬੇਸਿਕਲੀ ਉਹ ਕੀ ਕਹਿੰਦੇ ਹੁੰਦੇ ਆ ਕਿ ਸੱਤਾ ਦੀ ਸ਼ਕਤੀ ਦਾ ਮੁਜ਼ਾਰਾ ਕਰਨਾ ਪਬਲਿਕ ਡੋਮੇਨਸ ਗੱਡੀਆਂ ਲਾਲ ਬੱਦੀਆਂ ਕੋਠੀਆਂ ਗਨਮੈਨ ਸਿਕਿਉਰਿਟੀ ਹੁਣੇ ਸਭ ਤੋਂ ਪਹਿਲਾਂ ਉਖੜੇ ਨੇ ਆਪਣੇ ਬੇਸਿਕ ਸਿਧਾਂਤ ਤੋਂ ਕਿੱਥੇ ਕੇਜਰੀਵਾਲ ਸਾਹਿਬ ਨੇ ਗੱਲ ਕੀਤੀ ਤੇ ਮੈਂ ਤੋਂ ਵੈਗਨਾਰ ਮੇ ਜਾਊਂਗਾ ਮੈਂ ਤਾਂ ਘਰ ਵੀ ਨਹੀਂ ਲੂੰਗਾ ਬੰਗਲੇ ਦੀ ਬਹੁਤ ਚਰਚਾ ਹੋਈ ਹੈ 50 ਕਰੋੜ ਰੁਪਈਆ ਮਤਲਬ ਜਿਹੜਾ ਆਦਮੀ ਆਪਣੇ ਬਾਥਰੂਮਾਂ ਤੇ ਸ਼ਾਇਦ 50-50 ਲੱਖ ਕਰੋੜ ਕਰੋੜ ਰੁਪਈਆ ਲਾ ਰਿਹਾ ਕਿਸੇ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਇਹਨੇ ਟ੍ਰੈਡਮਿਲ ਜਿਹੜੀ ਲਈ ਹੈ ਆਪਣੇ ਐਕਸਰਸਾਈਜ਼ ਕਰਨ ਲਈ ਉਹ ਟ੍ਰੈਡਮਿਲਸ ਦਾ ਕਿਰਾਇਆ ਦੇ ਰਿਹਾ ਆਪਣੇ ਆਪਣੇ ਮੁੰਡੇ ਦੇ ਜ਼ਰੀਏ ਆਈ ਡੋਨਟ ਨੋ ਹਾਊ ਫਾਰ ਇਟ ਇਜ਼ ਕਰੈਕਟ ਪਰ 50 ਕਰੋੜ ਰੁਪਈਆ ਇੱਕ ਘਰ ਤੇ ਲਾ ਦੇਣਾ ਇਹਦੇ ਨਾਲੋਂ ਜ਼ਿਆਦਾ ਵੱਡਾ VIP ਕਲਚਰ ਕੀ ਹੋਊਗਾ ਫਿਰ Z+ ਸਿਕਿਉਰਿਟੀ ਇੱਕ ਦਿੱਲੀੋਂ ਸਿਕਿਉਰਿਟੀ ਇੱਕ ਪੰਜਾਬ ਤੋਂ ਸਿਕਿਉਰਿਟੀ 600 ਗਨਮੈਨ 150 ਕਮਾਂਡੋ ਗਨਮੈਨ ਔਰ ਪੰਜਾਬ ਦੇ ਵਿੱਚ ਆਜੋ ਤਾਂ ਮੈਂ ਰਿਕਾਰਡ ਹੀ ਤੋੜ ਦਿੱਤਾ ਭਗਵੰਤ ਸਿੰਘ ਮਾਨ ਦਾ ਮੇਰੇ ਖਿਆਲ ਲਾਮ ਲਸ਼ਕਰ ਜਿਹੜਾ ਕੁੱਲ ਟੱਬਰ ਦਾ ਮਲਾ ਲਾਂਗੇ ਤਾਂ 1000 ਗਨਮੈਨ ਇਹਨਾਂ ਦੇ ਘਰ ਵਾਲੀ ਕੋ ਗਨਮੈਨ ਕਮਾਂਡੋਜ਼ ਇਹਨਾਂ ਦੀ ਮਾਤਾ ਜੀ ਦੇ ਕੋਲ ਇਹਨਾਂ ਦੇ ਭੈਣ ਜੀ ਦੇ ਕੋਲ ਮੇਰਾ ਖਿਆਲ ਇੰਦਾ ਤੱਕ ਸ਼ਾਇਦ ਬਾਦਲ ਤੇ ਅਮਰਿੰਦਰ ਨੇ ਵੀ ਨਹੀਂ ਇਸ ਇਸ ਵੀਆਈਪੀ ਕਲਚਰ ਦਾ ਜ਼ੁਹਾਰਾ ਕੀਤਾ ਫਿਰ ਅਗਲੀ ਗੱਲ ਤੁਸੀਂ ਆਜੋ ਕਿ ਜਨ ਲੁਕਪਾਲ ਉਹ ਇੱਕ ਬੇਸਿਕ ਮੂਟ ਪੁਆਇੰਟ ਸੀਗਾ ਕਿ ਜਨ ਲੋਕਪਾਲ ਸ਼ੁੱਡ ਬੀ देयर ਤਾਂ ਕਿ ਸਾਰੀ ਪੋਲਿਟੀਕਲ ਜਮਾਤ ਅਕਾਊਂਟੇਬਲ ਹੋਵੇ ਇਨਕਲੂਡਿੰਗ ਚੀਫ ਮਿਨਿਸਟਰ ਦਾ ਉਹਦਾ ਨਾ ਦਿੱਲੀ ਚ ਬਣਾਇਆ ਲੋਕਪਾਲ ਤੇ ਨਾ ਉਹਨਾਂ ਨੇ ਪੰਜਾਬ ਦੇ ਵਿੱਚ ਬਣਾਇਆ ਲੋਕਪਾਲ ਚੀਫ ਮਿਨਿਸਟਰ ਦੇ ਅਹੁਦੇ ਨੂੰ ਵਿੱਚ ਰੱਖਿਆ ਹੀ ਨਹੀਂਗਾ ਉਹ ਪੁਰਾਣੇ ਟੁੱਟੇ ਭੱਜੇ ਲੋਕਪਾਲ ਤੁਰੇ ਫਿਰਦੇ ਨੇ ਤੀਸਰਾ ਸੁਭਰਾਜ ਹਮ ਜੋ ਵੀ ਕੰਮ ਕਰਾਂਗੇ ਉਹ ਜਨਤਾ ਸੇ ਪੁੱਛ ਕੇ ਕਰਾਂਗੇ ਅਗਰ ਬਲਬ ਵੀ ਬਦਲਣਾ ਹੋ ਉਹ ਬਲਬ ਵੀ ਹਮ ਮੁਹੱਲੇ ਮੇ ਜਾਏਗੇ ਪੁੱਛੇਗੇ ਕਿ ਕੀ ਬਲਬ ਬਦਲ ਦੇ ਜੀ ਤੇ ਹੁਣ ਕਿਹਨੂੰ ਪੁੱਛਦੇ ਨੇ ਰਾਜ ਸਭਾ ਦੇ ਮੈਂਬਰ ਬਣਾਏ ਨੇ ਪੰਜਾਬ ਦੇ ਐਮਐਲਏ ਚੁਣ ਕੇ ਆਗੇ 92 ਸੱਤ ਐਮਐਲਏ ਬਣਨੇ ਸੀ ਰਾਜ ਸਭਾ ਦੇ ਐਮਪੀ ਕਿਸੇ ਝਾੜੂ ਦੇ ਵਰਕਰ ਨੂੰ ਪੁੱਛਿਆ ਜਿਹੜੇ ਵਿਚਾਰੇ ਦਰੀਆਂ ਚੱਕਦੇ ਰਹੇਗੇ ਜਿਹੜੇ ਆਪਣੀਆਂ ਪਰਚੇ ਦਰਜ ਕਰਾਉਂਦੇ ਰਹੇ ਜਿਹੜੇ ਜਿਨ੍ਹਾਂ ਦਾ ਘਰ-ਬਾਰ ਵਿੱਕ ਗਿਆ ਕਿਸ ਨੂੰ ਬਣਾਇਆ ਰਾਜ ਸਭਾ ਦਾ ਐਮਪੀ ਕਿਹਦੇ ਬਣਾਇਆ ਰਾਜ ਸਭਾ ਦਾ ਐਮਪੀ ਸੰਦੀਪ ਪਾਟਕ ਲਵਲੀ ਯੂਨੀਵਰਸਿਟੀ ਦਾ ਕਰੋੜਾਂ ਰੁਪਏ ਦਾ اربਾਪਤੀ ਜਿਹੜਾ ਮਾਲਕ ਉਹਦਾ ਕੀ ਤੁਲਕਾ ਤੇ ਛਾੜੂ ਦੀ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਨਾਲ ਵਿਚਾਰਧਾਰਕ ਉਹਦੇ ਕੀ ਲਿੰਕਸ ਨੇ ਹਰਭਜਨ ਸਾਡਾ ਸਤਕਾਰਯੋਗ ਹੈ ਕ੍ਰਿਕਟਰ ਹੈ ਬਟ ਵਾਟ ਹੈਜ਼ ਹੀ ਗਾਟ ਟੂ ਡੂ ਵਿਦ ਥਿਸ ਥਿੰਗ ਰਾਗਵ ਚੱਡਾ 100 ਵਾਰੀ ਇਹਨਾਂ ਦੀ ਪਾਰਟੀ ਦਾ ਬੰਦਾ ਹੋਵੇ ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਬੁਲਾ ਕੇ ਪੁੱਛਿਆ ਸਵਰਾਜ ਕਿ ਅਸੀਂ ਆਹ 7 ਬੰਦੇ ਬਣਾਉਣੇ ਨੇ 3 ਪੋਸਟਾਂ ਅਹਿਮ ਹੋਣੇ ਗਈਆਂ ਗੈਰ ਪੰਜਾਬੀਆਂ ਦੇ ਹੱਥਾਂ 'ਚ ਸਭ ਤੋਂ ਪਹਿਲਾਂ ਰੇਰਾ ਦਾ ਇਹਨਾਂ ਨੇ ਬਣਾਇਆ ਇੱਕ ਚੇਅਰਮੈਨ ਉਹ ਕੋਈ ਐਡਾਡੀਸ਼ਨਲ ਚੀਫ ਸੈਕਟਰੀ ਸੀ ਰਿਟਾਇਰਡ ਕੇਚਰੀਵਾਲ ਦਾ ਦਿੱਲੀੋਂ ਇੱਕ ਗੈਰ ਪੰਜਾਬੀ ਨੂੰ ਲਿਆ ਕੇ ਰੇਰਾ ਦਾ ਚੇਅਰਮੈਨ ਬਣਾਤਾ ਕੋ ਨਾਲ ਮੈਂਬਰ ਵੀ ਬਣਾਇਆ ਫਿਰ ਪੰਜਾਬ ਸਕੂਲ এডੂਕੇਸ਼ਨ ਬੋਰਡ ਜਿੰਨੇ ਸਾਨੂੰ ਪੜ੍ਹਾਈ ਕਰਾਉਣੀ ਆ ਉਹ ਇੱਕ ਕੋਈ ਮਿਸਸ ਬੇਦੀ ਦਿੱਲੀੋਂ ਲਿਆ ਕੇ ਉਹਦੀ ਚੇਅਰਪਰਸਨ ਔਰ ਤੀਜਾ ਹੁਣ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਚੇਅਰਮੈਨ ਲਾਇਆ ਵਾ ਉਹ ਕੌਣ ਲਾਇਆ ਵਾ ਉਹ ਦਿੱਲੀੋਂ ਲਿਆ ਕੇ ਇੱਕ ਡਾਕਟਰ ਸਾਡਾ ਪੀਜੀਆਈ ਦੇ ਡਾਕਟਰ ਬਿਹਤਰੀਨ ਨਿਊਕਲੀਅਰ ਮੈਡੀਸਨ ਦਾ ਇੱਕ ਹੈਡ ਸੀ ਪ੍ਰੋਫੈਸਰ ਬਲਜਿੰਦਰ ਸਿੰਘ ਇੱਕ ਸ਼ਾਇਦ ਮਿਸਟਰ ਕੱਕੜ ਸੀਗੇ ਆ ਤੁਹਾਡੇ ਜਨਰਲ ਹਸਪੀਟਲ ਦੇ ਤੇ ਪਟਿਆਲੇ ਦੇ ਹੋਰ ਸੀਗੇ ਪੰਜ ਬੰਦਿਆਂ ਦਾ ਪੈਨਲ ਸਾਰੇ ਝਟਕਾ ਕੇ ਇੱਕ ਦਿੱਲੀੋਂ ਲਿਆ ਕੇ ਆਪਣਾ ਘੱਟਾ ਕਿੱਥੇ ਗਿਆ ਸੁਵਰਾਜ ਸੋ ਅਸੀਂ ਕਿ ਟੋਕ ਰਹੇ ਆ ਅਸੀਂ ਸਿਧਾਂਤਾਂ ਤੇ ਟੋਕ ਰਹੇ ਆ ਨਾਟ ਅਬਾਊਟ ਦੀ ਸਮਾਲ ਮੈਟਰਸ ਔਰ ਅਗਲੀ ਗੱਲ ਮੀਡੀਆ ਤੇ ਆਜੋ ਸਿੱਧਾ ਸਿੱਧਾ ਕੇਜਰੀਵਾਲ ਕੀ ਕਹਿੰਦੇ ਨੇ ਦਿੱਲੀ ਦੇ ਵਿੱਚ ਕਿ ਦਿੱਲੀ ਚ ਬੀਜੇਪੀ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਸਾਰਾ ਮੀਡੀਆ ਜ ਹੈਜੈਕ ਕਰ ਲਿਆ ਉਸ ਉਹਦਾ ਨਾਮ ਰੱਖਤਾ ਗੋਦੀ ਮੀਡੀਆ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਕੇਜਰੀਵਾਲ ਬਿਲਕੁਲ ਦਿੱਲੀ ਦੇ ਵਿੱਚ ਗੋਦੀ ਮੀਡੀਆ ਚੱਲ ਰਿਹਾ ਪਰ ਪੰਜਾਬ ਦੇ ਵਿੱਚ ਕੀ ਹੈ ਇਸ ਵੇਲੇ ਕੋਈ ਇਹਨਾਂ ਨੇ মিডিਆ ਛੱਡਿਆ ਇਹਨਾਂ ਨੇ ਕੇਜੀ মিডিਆ ਬਿਲਕੁਲ ਗੋਦੀ মিডিਆ ਦੀ ਤਰਜ਼ ਤੇ ਪੰਜਾਬ ਦੇ ਵਿੱਚ ਕੇਜੀ মিডিਆ ਪੈਦਾ ਕੀਤੀ ਸ਼ਰਾਬ ਸਾਹਿਬ ਤੁਹਾਡੀ ਨਾਲ ਟੋਕ ਰਹੇ ਆ ਤੁਹਾਡਾ ਪ੍ਰੈਸ਼ਰ ਨਹੀਂ ਹੁੰਦਾ ਸੀ মিডিਆ ਤੇ ਜਾਂ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੁੰਦਾ ਸੀ ਜੋ ਸੱਤਾ ਦੇ ਵਿੱਚ ਕਾਂਗਰਸ ਹੁੰਦੀ ਸੀ মিডিਆ ਨੂੰ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਆਪਣੇ ਹਉਦੇ ਚ ਰੱਖਦੀਆਂ ਨੇ ਵੀ 100% ਤੁਹਾਡਾ ਨਾ ਮੈਂ ਸਹਿਮਤ ਆ ਕਿ ਸਰਕਾਰਾਂ ਰੀਜ਼ਨੇਬਲ ਬਜਟ ਵੀ ਰੱਖਦੀਆਂ ਪਬਲਿਸਿਟੀ ਵੀ ਕਰਦੀਆਂ ਅਖਬਾਰਾਂ ਨੂੰ ਵੀ ਪੈਸੇ ਦਿੰਦੀਆਂ ਇਸ਼ਤਿਹਾਰ ਵੀ ਦਿੰਦੀਆਂ ਪਰੰਤੂ ਇਸ ਲੈਵਲ ਦੀ ਮੈਨੇਜਮੈਂਟ ਨਹੀਂ ਕਰਦਾ ਕੋਈ ਵੀ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਬਾਦਲ ਦੀ ਸਰਕਾਰ ਰਹੀ ਮੈਂ 25 ਸਾਲ ਤੋਂ ਪੋਲਿਟਿਕਸ ਆ ਜੀ ਮੈਨੂੰ ਕਦੀ ਇਹ ਮੁਸ਼ਕਲ ਪੇਸ਼ ਆਈ ਨਹੀਂ ਸੀ ਕਿ ਸਾਡਾ ਮੀਡੀਆ ਦੇ ਨਾਲ ਝਗੜਾ ਹੋ ਜਵੇ ਇਹਨਾਂ ਨੇ ਹੁਣ ਈਅਰਮਾਰਕ ਕਰਕੇ ਕੱਲਾ ਕੱਲਾ ਟੀਵੀ ਚੈਨਲ ਕੱਲਾ ਕੱਲਾ ਅਖਬਾਰ ਇਹਨਾਂ ਨੇ ਆਪਣੇ ਹੱਥੀਂ ਚੜਾਇਆ ਹੋਇਆ ਤਾਂ ਕਰਕੇ ਅਸੀਂ ਸਾਨੂੰ ਕਹਿਣਾ ਪੈਂਦਾ ਵਾ ਕਿ ਇਹ ਸਾਰਾ ਮੀਡੀਆ ਹੁਣ ਬਿਕਾਊ ਤੇ ਕੇਜੀ ਮੀਡੀਆ ਬਣ ਗਿਆ ਕਿ ਇਹ ਸਿਧਾਂਤ ਗੱਲ ਤੁਸੀਂ ਕੇਜਰੀਵਾਲ ਮੋਦੀ ਤੇ ਦਾ ਇਲਜ਼ਾਮ ਲਾ ਰਿਹਾ ਉਹੀ ਸਭ ਕੁਝ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਇਹ ਹੈਗੀਆਂ ਪ੍ਰਿੰਸੀਪਲ ਇਸ਼ੂਸ ਜਿਹੜੇ ਬੇਸਿਕਲੀ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਤੋਂ ਕੋਹਾਂ ਦੂਰ ਗੱਲਾਂ ਸੀ ਹੁਣ ਤੁਸੀਂ ਮੈਨੂੰ ਦੱਸੋ ਜੋ ਕੁਝ ਇਹ ਕਰ ਰਹੇ ਨੇ ਆ ਜਿਹੜੀਆਂ ਚਾਰ ਗੱਲਾਂ ਤੁਹਾਨੂੰ ਗਣਾਈਆਂ ਦੂਜੀਆਂ ਪਾਰਟੀਆਂ ਨਾਲੋਂ ਇਹਨਾਂ ਦਾ ਕੀ ਅੰਤਰ ਰਹਿ ਗਿਆ ਵਾ ਬਲਕਿ ਦੂਜੀਆਂ ਪਾਰਟੀਆਂ ਨਾਲੋਂ ਜ਼ਿਆਦਾ ਮਿਸਸ਼ੂਜ਼ ਆਫ ਪਾਵਰ ਆ ਅੱਜ ਕੀ ਹੋ ਰਿਹਾ ਵਾ 750 ਕਰੋੜ ਰੁਪਏ ਬਜਟ ਆ ਮੀਡੀਆ ਮੈਨੇਜਮੈਂਟ ਤੇ ਪਬਲਿਸਿਟੀ ਐਡਵਰਟਾਈਜ਼ਮੈਂਟ ਪਰ ਕਿਸੇ ਕਢਾ ਲੋ ਪੁਰਾਣੀਆਂ ਸਰਕਾਰਾਂ ਦੇ ਬਜਟ ਕਿਤੇ ਨਹੀਂ ਸੀਗਾ ਆ ਭਗਵੰਤ ਮਾਨ ਕੇਜਰੀਵਾਲ ਦੀਆਂ ਸਾਰੇ ਦੇਸ਼ ਵਿੱਚ ਕਿਹ ਰਿਪੋਰਟਾਂ ਤੋਂ ਲੈ ਕੇ ਸੜਕਾਂ ਭਰ ਦਿੱਤੀਆਂ ਯੋਗਾ ਜਲੰਧਰ ਕਰਨਾ ਹੁੰਦਾ ਸਾਰੇ ਪੰਜਾਬ ਤੇ ਇੱਕ ਦਿਨ ਦੇ ਇੱਕ ਦਿਨ ਦੇ ਇਵੈਂਟ ਵਾਸਤੇ ਵੀ ਕੋਈ ਐਡੇ ਵੱਡੇ ਫਲੈਕਸ ਬੋਰਡਸ ਲਾਉਂਦਾ ਸਾਰਾ ਚੰਡੀਗੜ੍ਹ ਦੇ ਇਲੈਕਟ੍ਰੋਨਿਕ ਬੋਰਡਸ ਨਾਲ ਭਰਿਆ ਪਿਆ ਵਾ ਕਿਹੜੀ ਸਰਕਾਰ ਨੇ ਕਿਹੜੇ ਚੀਫ ਮਿਨਿਸਟਰ ਨੇ ਇਸ ਲੈਵਲ ਦੀ ਆਪਣੀ ਪਬਲਿਕ ਚਲੋ ਤੁਸੀਂ ਪਬਲਿਸਿਟੀ ਵੀ ਕਰੋ ਪਰ ਤੁਸੀਂ ਆਪੋਜੀਸ਼ਨ ਨੂੰ ਬਲੈਕਆਊਟ ਕਰ ਦੋ ਚਲੋ ਆਪਾਂ ਐਂ ਕਰਦੇ ਸਿੱਧਾ ਲਾਈਵ ਤੇ ਆਉਨੇ ਆ ਵਿਧਾਨ ਸਭਾ ਚ ਜੀ ਵਿਧਾਨ ਸਭਾ ਦੀ ਲਾਈਵ ਕਿਉਂ ਨਹੀਂ ਗੁਰਬਾਣੀ ਦਾ ਤਾਂ ਬੜਾ ਸ਼ੋਰ ਮਚਾਉਂਦੇ ਨੇ ਹੂੰ ਕਿ ਤੁਸੀਂ ਮੋਨੋਪੋਲਾਈਜ਼ ਕਰਤਾ ਜੀ ਗਲਤ ਕੀਤਾ ਜੀ ਫਲਾਨਾ ਕੀਤਾ ਵਿਧਾਨ ਸਭਾ ਦੀ ਲਾਈਵ ਪ੍ਰੋਸੀਡਿੰਗਸ 100% ਫੀਕ ਨੇ ਜੀ ਜਦੋਂ ਤਾਂ ਇਹਨਾਂ ਦੇ ਮੰਤਰੀਆਂ ਨੇ ਬੋਲਣਾ ਚੀਫ ਮਿਨਿਸਟਰ ਸਿੰਗਲ ਫਰੇਮ ਚ ਲੈੰਦੇ ਨੇ ਦਿਖਾਈ ਜਾਂਦੇ ਨੇ ਦਿਖਾਈ ਜਾਂਦੇ ਨੇ ਤੇ ਜਦੋਂ ਆਪੋਜੀਸ਼ਨ ਨੂੰ ਦਿਖਾਉਣਾ ਇੱਕ ਫਰੇਮ 40 ਬੰਦੇਾਂ ਲਈ ਪਤਾ ਨਹੀਂ ਲੱਗਦਾ ਕੌਣ ਬੋਲਦਾ ਖਹਿਰਾ ਬੋਲਦਾ ਬਾਜਵਾ ਬੋਲਦਾ ਰਾਜਾ ਵਡਿੰਗ ਬੋਲਦਾ ਕੌਣ ਹੈ ਕਹਿੰਦੇ ਕਾਂਗਰਸ ਸਾਈਗਨ ਬਹੁਤ ਕਰਦੀ ਆ ਮੁੰਡਿਆਂ ਨੂੰ ਮੈਂ ਤੁਹਾਨੂੰ ਮੇਰਾ ਪੁਆਇੰਟ ਖਤਮ ਕਰ ਲੈਂਦਾ ਜੀ ਫਿਰ ਕੀ ਕਰਦੇ ਨੇ ਲਾਈਵ ਤਾਂ ਤੁਸੀਂ ਦਿਖਾ ਰਹੇ ਹੋ ਜੇ ਤੁਸੀਂ ਲੀਡਰ ਆਫ ਆਪੋਜੀਸ਼ਨ ਦਾ ਮਾਈਕ ਹੀ ਕੈਮਰਾ ਹੀ ਹਟਾਤਾ ਤੇ ਅਸੀਂ ਕੀ ਕਰਾਂਗੇ ਇਹ ਜਿਹੜੇ ਵਾਕ ਆਊਟ ਆ ਸਾਨੂੰ ਮਜਬੂਰੀ ਚ ਕਰਨੇ ਪੈਂਦੇ ਨੇ ਜਦੋਂ ਸਾਨੂੰ ਸਪੀਕਰ ਸਮਾਂ ਨਹੀਂ ਦਿੰਦਾ ਬੋਲਣ ਨਹੀਂ ਦਿੰਦਾ ਕੈਮਰੇ ਪਰੇ ਕਰ ਦਿੰਦਾ ਮਾਈਕ ਬੰਦ ਕਰ ਦਿੰਦਾ ਔਰ ਮੈਂ ਤੁਸੀਂ ਕਹਿ ਰਹੇ ਹੋ ਕਿ ਵਾਕ ਆਊਟ ਤੁਸੀਂ ਐਂ ਕਰੋ ਰਿਕਾਰਡ ਕਰਾਓ ਵਿਧਾਨ ਸਭਾ ਦਾ ਜਿੰਨੇ ਵਾਕ ਆਊਟ ਬੋਕਰ ਪਾਰਟੀ ਨੇ ਕੀਤੀ ਇਹਨੇ ਤਾਂ ਕਦੀ ਕਿਸੇ ਨੇ ਕੀਤੀ ਨਹੀਂ ਸਾਰੇ ਦੇਸ਼ 'ਚ ਨਹੀਂ ਕਦੀ ਕੀਤੀ ਤੇ ਹੁਣ ਸਾਨੂੰ ਨਸੀਹਤ ਦੇ ਰਹੇ ਨੇ ਹਰ ਗੱਲ ਦਾ ਜਵਾਬ ਹੈਗਾ ਮਨਪ੍ਰੀਤ ਸਾਡੇ ਕੋਲ ਜੀ ਤੁਸੀਂ ਤਾਂ ਹਿੱਸਾ ਰਹੇ ਹੋ ਖੈਰਾ ਸਾਹਿਬ ਜਦੋਂ ਤੁਸੀਂ ਗੱਲ ਕਹੀ ਵੀ ਵੱਡਾ ਕਹਿੰਦੇ ਵੀ ਗੰਦਲਾ ਹੋ ਗਿਆ ਸਿਸਟਮ ਤੇ ਆਮ ਆਦਮੀ ਪਾਰਟੀ ਨੇ ਕਿਹਾ ਵੀ ਆਜੋ ਆਪਾਂ ਸੁਧਾਰਦੇ ਆਂ ਖੈਰਾ ਸਾਹਿਬ ਨੂੰ ਉਦੋਂ ਲੱਗਿਆ ਸੀ ਵੀ ਹਾਂ ਵਾਕਈ ਪਾਰਟੀ ਠੀਕ ਹੈ ਪੰਜਾਬ ਦਾ ਭਲਾ ਸੋਚੇਗੀ ਜਿਉਂ ਉਦੋਂ ਕੀ ਸੋਚ ਕੇ ਤੁਸੀਂ ਗੱਲਾਂ ਇਕੱਲੇ ਖੈਰੇ ਨੇ ਥੋੜੂ ਭੁਲੇਖਾ ਖਾਦਾ ਜੀ ਬੜੇ ਵੱਡੇ ਵੱਡੇ ਬੰਦਿਆਂ ਨੇ ਭੁਲੇਖਾ ਖਾਦਾ ਪਰਸ਼ਾਂਤ ਪੂਸ਼ਨ ਜੀ ਨੇ 4 ਕਰੋੜ ਰੁਪਏ ਦਿੱਤਾ ਇਹਨਾਂ ਪੁਲੇਖਾ ਉਸ ਤੋਂ ਅੱਗੇ ਜਗਵਿੰਦਰ ਜਯਾਦਵ ਕਿੱਡਾ ਐਮਿਨੈਂਟ ਫਾਰਮ ਸਾਇੰਟਿਸਟ ਹੈ ਇੱਕ ਅੱਛਾ ਆਦਮੀ ਆ ਉਹਨੂੰ ਪੁਲੇਖਾ ਕੁਮਾਰ ਵਿਸ਼ਵਾਸ ਜਿਹੜਾ ਇਹਨਾਂ ਦਾ ਬਿਲਡਰ ਸੀ ਉਹਨੂੰ ਪੁਲੇਖਾ ਪੰਜਾਬ ਚ ਗੰਦ ਡਾਕਟਰ ਗਾਂਧੀ ਨੂੰ ਪੁਲੇਖਾ ਫੂਲਕੇ ਨੂੰ ਪੁਲੇਖਾ ਘੁੱਗੀ ਨੂੰ ਪੁਲੇਖਾ ਛੋਟੇਪੋ ਨੂੰ ਪੁਲੇਖਾ ਖੇਰੇ ਨੂੰ ਪੁਲੇਖਾ ਬਹਿ ਗਿਆ ਇਨਫੈਕਟ ਟੋਟਲ ਰੋਂਗ ਡਿਸੀਜਨ ਗਲਤੀ ਹੋਈ ਆ ਜੀ ਨਹੀਂ ਸੀ ਜਾਣਾ ਚਾਹੀਦਾ ਸਾਨੂੰ ਨਹੀਂ ਸੀ ਪਤਾ ਕਿ ਅੰਦਰੋਂ ਇਹ ਕਿਸ ਤਰ੍ਹਾਂ ਦੇ ਬੰਦੇ ਨੇ ਅੱਜ ਤੁਸੀਂ ਐਂ ਕਰੋ ਇਹਨਾਂ ਦੇ 92 ਐਮਐਲਏ ਨੇ ਮੈਂ ਇਹਨਾਂ ਦਾ ਨਾਮ ਰੱਖਿਆ ਬੌਂਡਡ ਲੇਬਰ ਜਿੱਦਾਂ ਬੰਦੂਆਂ ਮਜ਼ਦੂਰ ਨਹੀਂ ਹੁੰਦੇ ਭੱਟਿਆਂ ਦੇ ਉੱਤੇ ਜੀ ਇਹ ਬੋਲ ਬੋਲ ਸਕਦਾ ਕੋਈ ਇਹਨਾਂ ਦੀ ਕੋਈ ਇੰਟਰਵਿਊ ਨਹੀਂ ਦੇ ਸਕਦਾ ਆਯੂਸ਼ੀ ਇੱਥੇ ਇੱਕ ਲੜਕੀ ਬੈਠੀ ਆ ਉਹ ਦੱਸਦੀ ਕਿ ਫਲਾਣੇ ਐਮਐਲਏ ਦੀ ਇੰਟਰਵਿਊ ਫਲਾਣਾ ਚੈਨਲ ਕਰੇਗਾ ਆ ਫਲਾਣਾ ਚੈਨਲ ਦਾ ਸਰਬਜੀਤ ਕੋਰਮਾਨੂ ਕਿ ਆਈ ਜਦੋਂ ਮੇਰੇ ਤੇਲੇ ਨੇ ਇਲਜ਼ਾਮ ਲਾਏ ਕਿ ਜੀ ਖੈਰਾ ਐ ਖੈਰਾ ਓਹ ਬੁਖਲਾਈ ਹੋਈ ਸੀਗੀ ਫਿਰ ਕੁਝ ਚੈਨਲਾਂ ਵਾਲਿਆਂ ਨੇ ਪੁੱਛਿਆ ਕਿ ਅਸੀਂ ਤੁਹਾਡੀ ਇੰਟਰਵਿਊ ਲੈਣੀ ਕਹਿੰਦੇ ਆਯੂਸ਼ੀ ਨੂੰ ਪੁੱਛ ਲਓ ਇਸ ਤਰ੍ਹਾਂ ਕਿਹੜੀ ਪਾਰਟੀ ਕਰਦੀ ਆ ਮੈਨੂੰ ਸਮਝਾਓ ਕਾਂਗਰਸ ਚ ਖੁੱਲ੍ਹ ਹੁੰਦੀ ਐਸ ਗੱਲ ਨੂੰ ਲੈ ਕੇ ਵੀ ਤੁਹਾਡਾ ਆਪਣਾ ਅਧਿਕਾਰ ਹੋਵੇਗਾ ਜਿਹੜੀ ਵੀ ਗੱਲ ਰੱਖ ਸਕਦੇ ਆ ਖਾਸ ਤੌਰ ਤੇ ਖਹਿਰਾ ਸਾਹਿਬ ਤੁਸੀਂ ਰੱਖਦੇ ਹੋ ਬਹੁਤੇ ਲੀਡਰ ਨਹੀਂ ਰੱਖਦੇ ਉਸ ਤਰ੍ਹਾਂ ਆਪਣੀ ਲੀਡਰਸ਼ਿਪ ਦੇ ਲੀਡਰਸ਼ਿਪ ਦੇ ਖਿਲਾਫ ਨਹੀਂ ਜਾਂਦੇ ਤਾਂ ਖਹਿਰਾ ਸਾਹਿਬ ਜਾਂਦੇ ਨੇ ਕਹਿੰਦੇ ਖਹਿਰਾ ਸਾਹਿਬ ਚਰਚਾ ਦੇ ਵਿੱਚ ਰਹਿਣ ਲਈ ਬਹੁਤ ਸਾਰੀਆਂ ਗੱਲਾਂ ਜਹੀਆਂ ਕਰਦੇ ਨੇ ਕੀ ਲੱਗਦਾ ਤੁਹਾਨੂੰ ਚਲੋ ਇਸ ਤਰ੍ਹਾਂ ਹੀ ਸਮਝ ਲਓ ਪਰ ਸਾਨੂੰ ਕਾਂਗਰਸ ਨੇ ਕਦੀ ਰੋਕਿਆ ਹੀ ਨਹੀਂਗਾ ਜੀ ਮੈਂ ਕਿੰਨੇ ਮੁੱਦੇ ਉਠਾਏ ਨੇ ਇਹਨਾਂ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਮੈਨੂੰ ਕਦੀ ਕਿਸ ਨੇ ਰੋਕਿਆ ਠੀਕ ਹੈ ਛੋਟੇ ਮੋਟੇ ਡਿਫਰੈਂਸ ਆ ਅਸੀਂ ਬੈਠ ਕੇ ਆਪਣੇ ਸੌਟ ਆਊਟ ਕਰ ਲਏ ਲੇਕਿਨ ਇਹ ਥੋੜੋ ਆ ਕਿ ਜਿਹੜਾ ਖੈਰੇ ਦੀ ਇੰਟਰਵਿਊ ਕਿਹੜਾ ਮਾਈਕ ਲਊਗਾ ਤੁਸੀਂ ਮੈਨੂੰ ਜਦੋਂ ਕਾਲ ਕੀਤੀ ਤੁਹਾਨੂੰ ਮੈਂ ਕਿਹਾ ਆ ਜਾਓ ਆਪਾਂ ਇੰਟਰਵਿਊ ਕਰ ਲੈਨੇ ਆਈ ਐਮ ਓਪਨ ਟੂ एवरीवन ਬਡੀ ਔਰ ਜਿਹੜਾ ਮੈਂ ਬਿਕਾਊ ਮੀਡੀਆ ਵੀ ਕਹਿੰਦਾ ਮੈਂ ਸਾਰਿਆਂ ਨੂੰ ਥੋੜੋ ਕਹਿੰਨਾ ਨਾਲੇ ਸਾਡੀ ਲੜਾਈ ਐਂਕਰਸ ਨਾਲ ਥੋੜੋ ਆ ਸਾਡੀ ਲੜਾਈ ਆ ਜਿਹੜੇ ਐਂਕਰਸ ਨੇ ਮੀਡੀਆ ਹੋ ਸਕਦੇ ਨੇ ਨਾ ਥੋੜੋ ਇੱਕ ਗਲਤ ਫਹਿਮੀ ਦੇ ਸ਼ਿਕਾਰ ਹੋ ਗਏ ਨੇ ਇਹਦਾ ਵਿੱਚ ਉਦਾਂ ਇੱਕ ਬਲੀ ਦਾ ਬੱਕਰਾ ਬਣ ਗਿਆ ਹਨ ਕੇ ੱੱਕੇ ਨਾਲ ਸਾਡੀ ਲੜਾਈ ਹੈਗੀ ਆ ਮੀਡੀਆ ਹਾਊਸਸ ਨਾਲ ਔਰ ਉਹ ਵੀ ਪ੍ਰਿੰਸੀਪਲ ਫਾਈਟ ਆ ਕਿ ਕੀ ਤੁਸੀਂ ਸਰਕਾਰ ਕੋ ਪੈਸੇ ਲੈ ਕੇ ਪੰਜਾਬ ਦਾ 100% ਬਲੈਕਆਊਟ ਕਰਦੇ ਹੋ ਕੁਝ ਦਿਖਾਉਂਗੇ ਨਹੀਂ ਭਗਵੰਤ ਮਾਨ ਨੇ ਥੋੜੇ ਦਿਨ ਅंसारी ਦੇ ਉੱਤੇ ਕਿੰਨੀ ਇੰਟਰਵਿਊ ਪੀਸੀ ਕੀਤੀ ਕਿਸੇ ਮੀਡੀਆ ਨੂੰ ਚੱਜ ਦਾ ਸਵਾਲ ਪੁੱਛਿਆ ਅंसारी ਅंसारी ਕਰ ਰਿਹਾ ਸੀ 55 ਲੱਖ ਦੇ ਗਮਨ ਕਹਿ ਰਿਹਾ ਨਾ ਬਿਲਕੁਲ ਮੈਂ ਉਹਨੂੰ ਪੁੱਛਣਾ ਚਾਹੁੰਦਾ ਤੁਸੀਂ ਦੱਸੋਗੇ ਤੁਸੀਂ ਲੋਰੈਂਸ ਬਿਸ਼ਨੋਈ ਦਾ ਕੀ ਕੀਤਾ ਉਹਨੇ ਇੰਟਰਵਿਊ ਦਿੱਤੀਆਂ ਜੇਲ੍ਹ ਚੋਂ ਬੈਠ ਕੇ ਉਹਦੇ ਖਿਲਾਫ ਕੋਈ ਐਕਸ਼ਨ ਲਿਆਵਾ ਕਿਸੇ ਬੰਦੇ ਨੇ ਉਹਨੂੰ ਮੀਡੀਆ ਵਾਲੇ ਨੇ ਉਹਦਣ ਨਾ ਕਟਾਰੂ ਚੱਕ ਪੁੱਛਿਆ ਨਾ ਉਹ ਬੀਬੀ ਪੁੱਛੀ ਸਰਬਜੀਤ ਕੌਰ ਮਾਨੂੰ ਕਦੀ ਕੋਠੀ ਤੇ ਕਬਜ਼ਾ ਨਾ ਕਿਸੇ ਨੇ ਮੂੰਗੀ ਦੀ ਜਿਹੜੀ ਬੇਕਦਰੀ ਹੋ ਰਹੀ ਆ ਨਾ ਮੱਕੀ ਦੀ ਬੇਕਦਰੀ ਜਿਹੜੇ ਕਿਸਾਨ ਕੁੱਟੇ ਜਿਹੜੇ ਟੀਚਰ ਕੁੱਟੇ ਕਿਸੇ ਨੇ ਪੁੱਛਿਆ ਕੋਈ ਗੱਲਾਂ ਅੱਛਾ ਕਿਸੇ ਨੇ ਪੁੱਛਿਆ ਕਿ ਤੁਹਾਡੇ ਐਮਐਲਏ ਕੀ ਕਰ ਰਹੇ ਨੇ ਜੀ ਤੁਹਾਡੇ ਐਮਐਲਏ ਆ ਤੇ ਮੋਗੇ ਵਾਲੀ ਤੇ ਲੱਗਿਆ ਕਿ ਚਾਰ ਏਸੀ ਪਟਕੇ ਆਪਣੇ ਘਰ ਲੈ ਗਈ ਉਹ ਜਿਹੜਾ ਗੋਲਡੀ ਕਮੋਜ ਆ ਜਲਾਲਾਬਾਦ ਆ ਉਹਦਾ ਪਿਓ 10 ਲੱਖ ਚ ਫੜਿਆ ਗਿਆ ਕਿਸ ਨੇ ਪੁੱਛਿਆ ਕਿ ਤੁਹਾਡਾ ਦੀਪ ਕਮੋਜ ਅਬੋਹਰ ਵਾਲਾ ਜਿਹੜਾ ਵਾ ਉਹ ਬਦਫੈਲੀਆਂ ਕਰਦਾ ਔਰਤ ਨਾਲ ਤੇ ਪੱਛਾ ਕਿਉਂ ਨਹੀਂ ਦਰਜ ਕਰਦੇ ਕਿਸ ਨੇ ਪੁੱਛਿਆ ਕਿ ਫੌਜਾ ਸਿੰਘ ਸਰਾਰੀ ਨੂੰ ਤੁਸੀਂ ਕੱਢਿਆ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਵੇਰ ਸੋ ਇਸ ਕਰਕੇ ਸਾਨੂੰ ਮੀਡੀਆ ਨੂੰ ਸਮਝਾਉਣਾ ਤਾਂ ਕਰਕੇ ਮੈਨੂੰ ਨਜ਼ਰ ਆ ਰਿਹਾ ਕਿ ਮੀਡੀਆ ਤਾਂ ਬਿਲਕੁਲ ਹੀ ਗੋਡੇ ਟੇਕ ਗਿਆ ਉਹਨਾਂ ਦੇ ਮੋੜੇ ਖੇੜਾ ਸਾਹਿਬ ਇੱਕ ਹੋਰ ਆ ਤੁਹਾਡਾ ਲੰਬਾ ਸਮਾਂ ਸਿਆਸਤ ਦੇ ਨਾਲ ਵਾ ਵਾਸਤਾ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸ਼ਬਦਾਂ ਦਾ ਮਿਆਰ ਆ ਅੱਜ ਕੱਲ ਸੋਸ਼ਲ ਮੀਡੀਆ ਤੇ ਉਹ ਭਾਵੇਂ ਟਵਿੱਟਰ ਹੈਂਡਲ ਹੋਵੇ ਫੇਸਬੁੱਕ ਹੋਵੇ ਉੱਥੇ ਬੜਾ ਮਿਆਰ ਡਿੱਗਾ ਡਿੱਗਾ ਨਜ਼ਰ ਆਉਂਦਾ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਹੋਣ ਸਾਡੀ ਅਜਿਹੇ ਸ਼ਬਦ ਕਿਉਂ ਵਰਤ ਰਹੇ ਆ ਸ਼ਾਇਦ ਤਾਂਾਂ ਦੀ ਲੜਾਈ ਲੰਬੇ ਸਮੇਂ ਤੋਂ ਪਰ ਅਜਿਆ ਨਿਹਾਰ ਦੇਖਣ ਨੂੰ ਕਦੇ ਹੁਣ ਮਿਲ ਰਿਹਾ ਇਹ ਮੈਂ ਇਹ ਮੈਂ ਸਮਝਦਾ ਕਿ ਸੋਸ਼ਲ ਮੀਡੀਆ ਤੇ ਹਰ ਇੱਕ ਨੂੰ ਕਮੈਂਟ ਕਰਨ ਤੋਂ ਪਹਿਲਾਂ ਪਹਿਲਾਂ ਆਪਣੇ ਪਰਿਵਾਰ ਨਾਲ ਦੇਖਣਾ ਚਾਹੀਦਾ ਹਰ ਘਰ ਵਿੱਚ ਧੀਆ ਭੈਣਾਂ ਬੈਠੀਆਂ lettes assume ਐਕਸ ਬੰਦਾ ਇੱਕ ਕਮੈਂਟ ਕਰ ਰਿਹਾ ਦੂਜੇ ਨੂੰ ਗਾਲ ਕੱਢ ਰਿਹਾ ਉੱਥੇ ਸੋਸ਼ਲ ਮੀਡੀਆ ਤੇ ਜੀ ਫਰਜ਼ ਗਰੂਪ ਭੈਣ ਦੀ ਗੱਲ ਕੱਢ ਰਿਹਾ ਤੇ ਉਹਦੀ ਭੈਣ ਭੈਣ ਬੈਠੀ ਉਹ ਵੀ ਤਾਂ ਦੇਖ ਰਹੀ ਹੈ ਕਿ ਮੇਰਾ ਭਰਾ ਕੀ ਕਰਦਾ ਕਮਲਪੂਣਾ ਕਰਦਾ ਸੋਸ਼ਲ ਮੀਡੀਆ ਤੇ ਸਭ ਨੂੰ ਜੇ ਤੁਸੀਂ ਕ੍ਰਿਟਿਸਿਜ਼ਮ ਕਰਨਾ ਅੱਛੇ ਤਰੀਕੇ ਨਾਲ ਕਰੋ ਪਰ ਹੁਣ ਅੱਗੇ ਆਓ ਇਹਨਾਂ ਨੇ ਫੌਜਾਂ ਰੱਖੀਆਂ ਹੋਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਭਾਜੀਪੀ ਨੇ ਔਰ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਫੌਜ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਅੰਦਰ ਟ੍ਰੋਲ ਆਰਮੀ ਫੇਕ ਆਈਡੀਜ਼ ਨੇ ਗਾਲਾਂ ਕੱਢਣੇ ਰੱਖਿਆ ਗੰਦੀਆਂ ਗੰਦੀਆਂ ਗਾਲਾਂ ਗੰਦੇ ਗੰਦੇ ਕਮੈਂਟਸ ਪਾਸਕਲ दैट इज व्हाट ਹੈਪਨਸ ਕਿ ਤਾਂ ਖਹਿਰਾ ਸਾਹਿਬ ਇੱਕ ਕੇਵੀ ਹੈ ਜਿਹੜੀ ਆਵਾ ਦੀ ਪਾਰਟੀ ਹੈ ਖਾਸ ਤੌਰ ਤੇ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ ਉਹਨਾਂ ਨੇ ਬਹੁਤ ਸਾਰੇ ਵਾਅਦੇ ਜਿਹੜੇ ਕੀਤੇ ਨੇ ਕਾਂਗਰਸ ਵੀ ਕਰਦੀ ਰਹੀ ਹੈ ਤਾਂ ਕੀ ਲੱਗਦਾ ਤੁਹਾਨੂੰ ਕਿਤੇ ਕੋਈ ਪੋਜੀਟਿਵ ਜਿਹੜਾ ਲੱਗਦਾ ਤੁਹਾਨੂੰ ਵੀ ਆ ਯਾਰ ਬੜਾ ਚੰਗਾ ਕੰਮ ਕੀਤਾ ਉਹ ਖਹਿਰਾ ਸਾਹਿਬ ਨੂੰ ਕਦੇ ਨਜ਼ਰੀ ਨਹੀਂ ਆਉਂਦਾ ਖਹਿਰਾ ਸਾਹਿਬ ਨੂੰ ਸਾਡੀਆਂ ਜੇ ਥੋੜੀ ਜਿਹੀ ਵੀ ਕੋਈ ਗਲਤੀ ਹੈ ਉਹ ਬੜੀ ਨਜ਼ਰ ਆਉਂਦੀ ਹੈ ਖਹਿਰਾ ਸਾਹਿਬ ਫਿਰ ਵੱਡੀ ਸਾਰੀ ਪ੍ਰੈਸ ਕਾਨਫਰੰਸ ਕਰਦੇ ਨੇ ਲਾਈਵ ਹੁੰਦੇ ਨੇ ਮੈਨੂੰ ਇੱਕ ਗੱਲ ਦੱਸੋ ਖਹਿਰੇ ਯਾਹ ਹੋਰ ਆਪੋਜੀਸ਼ਨ ਤੇ ਜਿਸ ਢੰਗ ਦੇ ਨਾਲ ਇਹ ਬਦਲਾਖੂਰੀ ਤੇ ਉਤਰੇ ਹੋਏ ਨੇ ਪਿੰਡਾਂ ਦੇ ਵਿੱਚ ਆਪਾਂ ਸਾਦੇ ਜੇ ਬੰਦੇ ਹੋਈਏ ਇੱਕ ਆਦਮੀ ਤੁਹਾਨੂੰ ਘਰ ਸੱਦ ਕੇ ਤੇ ਤੁਹਾਡੇ ਚਪੇੜਾ ਮਾਰਦੇ ਪਗਲਾ ਦੇ ਤੁਸੀਂ ਉਹਦੀ ਤਾਰੀਫ ਕਰੋਗੇ ਪਹਿਲਾਂ ਤਾਂ ਲਰਨ ਟੂ ਰਿਸਪੈਕਟ ði ਆਪੋਜੀਸ਼ਨ ਤੁਸੀਂ ਕਹਿੰਦੇ ਜੀ ਕਿ ਸਾਰਾ ਹੀ ਆਪੋਜੀਸ਼ਨ ਇੱਕ ਵੱਡਿਓ ਕਰਪਟ ਹੈਗੀ ਆ ਇਹੀ ਕਹ ਤਨਨ ਨੇ ਸਾਰਾ ਸਾਬਤ ਕਰ ਰਹੇ ਨੇ ਠੀਕ ਹੈ ਤੇ ਫਿਰ ਤੁਸੀਂ ਇਹ ਵੀ ਮੰਨੋ ਕਿ ਸਾਡਾ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਵੀ ਕਰਪਟ ਆ ਅਕਸਰ ਕਈ ਮਹੀਨਿਆਂ ਦੇ ਜੇਲਾਂ ਚ ਨੇ ਜਮਾਨਤਾ ਮਿਲ ਨਹੀਂ ਰਹੀਆਂ ਹਾਈ ਕੋਰਟ ਨੇ ਰਿਜੈਕਟ ਕਰਦੀ ਸੁਪਰੀਮ ਕੋਰਟ ਨੇ ਰਿਜੈਕਟ ਕਰਦੀ ਫਿਰ ਵੀ ਕਹੀ ਜਾਂਦੇ ਕਟੜੇ ਮਾਨਦਾਰ ਸੋ ਦੇਰਫੋਰ ਅਗਰ ਤੁਸੀਂ ਰਿਸਪੈਕਟ ਲੈਣੀ ਹੈ ਨਾ ਤਾਂ ਹਰ ਇੱਕ ਨੂੰ ਪਹਿਲਾਂ ਰਿਸਪੈਕਟ ਦੇਣੀ ਪੈਂਦੀ ਹੈ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ ਮੁੱਦੇ ਚੱਕਦਾ ਮੇਰੇ ਪਰਸਨਲ ਦਾ ਕੋਈ ਮੁੱਦਾ ਨਹੀਂਗਾ ਜੇ ਮੈਂ ਮੂੰਗੀ ਦੀ ਗੱਲ ਕਰਦਾ ਤਾਂ ਕਿਸਾਨਾਂ ਦੀ ਗੱਲ ਹੋ ਰਹੀ ਹੈ ਜੇ ਮੈਂ ਕਿਸਾਨ ਆਤਮੱਤਿਆਂ ਦੀ ਕਰਦਾ ਮੈਂ ਕੋਈ ਗਰੀਬਾਂ ਦੀ ਕਰਦਾ ਸਕਾਲਰਸ਼ਿਪ ਦੀ ਕਰਦਾ ਕੋਈ ਐਨਆਰਆਈ ਦੀ ਕੋਠੀ ਦੀ ਕਰਦਾ ਕਟਾਰੂ ਚੱਕ ਦੀ ਕਰਦਾ ਇਟਸ ਨੋਟ ਮਾਈ ਪਰਸਨਲ ਇਸ਼ੂਸ ਪਰ ਮੇਰੇ ਦੇ ਇਹਨਾਂ ਨੇ ਕੀ ਕੀਤਾ ਕਿ ਮੇਰਾ ਮੈਨੂੰ ਤਮਕੋਣ ਦੇ ਨਜ਼ਰੀਏ ਨਾਲ ਮੇਰੇ ਤੇ ਪਰਚੇ ਦੋ ਐਫ ਆਈ ਆਰਸ ਰੀਸੈਂਟਲੀ ਜੀ ਟੀਕੇ ਐਸ ਡੀ ਐਮ ਕੋਸ਼ਿਕਾਇਤ ਦੇ ਲਈ ਕੱਲ ਨੂੰ ਮਿਲਿਆ ਮੈਨੂੰ ਬਣਾਓ ਚੀਫ ਮਿਨਿਸਟਰ ਜੀ ਮੈਂ 92 ਐਮ ਐਲ ਏ ਦੇ ਖਿਲਾਫ ਐਸ ਡੀ ਐਮ ਕੋਸ਼ਿਕਾਇਤ ਲੈ ਕੇ ਪਰਚਾ ਦਰਜ ਕਰਾ ਦੂੰਗਾ ਕਿੰਨੀ ਕਿ ਚੰਗੀ ਗੱਲ ਆ ਫਿਰ ਮੈਂ ਫਿਰ ਦੇਖਿਆ ਕਿ ਉੱਥੇ ਇਹਨੂੰ ਜ਼ਮਾਨਤ ਮਿਲ ਗਈ ਫਿਰ ਮੇਰੇ ਖਿਲਾਫ ਇੱਕ 51 ਸਾਲ ਪੁਰਾਣਾ ਮੇਰਾ ਫੈਮਿਲੀ ਦਾ ਰਿਕਾਰਡ ਕੱਢਿਆ ਜਿਹੜੇ ਕੋਈ ਅਸੀਂ ਕੀ ਕਹਿੰਦੇ ਹੁੰਦੇ ਇੰਤਕਾਲ ਤਬਾਦਲੇ ਦੇ ਹੋਏ ਸੀ ਜਿਹੜੇ ਮੇਰੇ ਆਪਣੀ ਦਾਦੀ ਜੀ ਨਾਲ ਹੋਏ ਸੀ ਜੀ ਮੈਂ ਤਾਂ 6-7 ਸਾਲ ਦਾ ਸੀਗਾ ਮਤਲਬ ਉਹਦੇ ਤੇ ਐਫਆਈਆਰ ਦਰਜ ਕਰਤੀ 420 ਲਾ ਕੇ ਔਰ ਸ਼ਿਕਾਇਤ ਕਿਤੋਂ ਲੈ ਰਹੇ ਜਿਹੜਾ ਮੇਰੇ ਖਿਲਾਫ ਇਲੈਕਸ਼ਨ ਲੜਿਆ ਜਿਹਦੀ ਜਮਾਨਤ ਜਬਤ ਹੋਈ ਪੁਲਤ ਚ ਇਸ ਇਜ਼ ਥੈਟ ਜਸਟੀਫਾਈਡ ਤੁਸੀਂ ਡੂ ਯੂ ਐਕਸਪੈਕਟ ਕਿ ਤੁਸੀਂ ਮੇਰੀ ਵਾਈਫ ਨੂੰ ਇੰਪਲੀਕੇਟ ਕਰਕੇ ਮੇਰੇ ਸਵਰਗਵਾਸੀ ਪਿਤਾ ਜੀ ਨੂੰ ਇੰਪਲੀਕੇਟ ਕਰਕੇ ਫਿਰ ਤੁਸੀਂ ਚਾਹੁੰਨੇ ਕਿ ਖੇਰਾ ਤੁਹਾਡੀ ਤਾਰੀਫ ਕਰੇ ਨੈਵਰ ਜੀ ਇਹ ਤਾਂ ਖੇਰਾ ਸਾਹਿਬ ਗੱਠ ਜੋੜ ਦੀਆਂ ਚਰਚਾਵਾਂ ਹਾਲਾਂਕਿ ਅਕਾਲੀ ਦਲ ਨੇ ਵੀ ਖਾਰਜ ਕੀਤਾ ਭਾਜਪਾ ਨੇ ਵੀ ਉਹਨਾਂ ਨੂੰ ਖਾਰਜ ਕੀਤਾ ਕਿ ਹਲੇ ਨਹੀਂ ਹੋ ਰਿਹਾ ਜੇਕਰ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਦੁਆਰਾ ਤੋਂ ਗੱਠ ਜੋੜ ਹੁੰਦਾ ਹੈ ਭਾਜਪਾ ਤੇ ਇਕਾਲੀ ਦਲ ਲੜਕੇ ਚੋਣਾ ਲੜਦੇ ਨੇ ਤਾਂ ਕਿੰਨੀ ਕੁ ਚੁਣੌਤੀਆਂ ਕਾਂਗਰਸ ਨੂੰ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਰਹਿਣਗੀਆਂ ਜਾਂ ਕਿੰਨਾ ਕੁ ਸੌਖਾ ਹੋਵੇਗਾ ਕਾਂਗਰਸ ਨੂੰ ਦੇਖੋ ਗੱਲ ਇਹ ਆ ਕਿ ਜਿਹੜਾ ਇਹ ਗੱਠ ਜੋੜ ਆ ਹੁਣ ਜੇ ਕਰਨਗੇ ਜੀ ਤਾਂ ਇਹ ਮੇਰੇ ਹਿਸਾਬ ਦੇ ਨਾਲ ਇਹ ਫਿਰ ਮੌਕਾ ਪ੍ਰਸਤੀ ਦਾ ਗੱਠ ਜੋੜ ਸਿਧਾਂਤ ਤਾਂ ਉੱਡ ਗਏ ਨੇ ਜੀ ਫਿਰ ਜੇ ਹੁਣ ਕਰਨਾ ਸੀਗਾ ਫੇ ਛੱਡਿਆ ਗੱਦ ਲਈਏ ਹਰ ਸਿਮਰਤ ਕੌਰ ਨੇ ਅਸਤੀਫਾ ਗੱਦ ਲਈ ਦਿੱਤਾ ਕਹਿੰਦੇ ਸੀ ਕਿਸਾਨਾਂ ਨਾਲ ਖੜਨਾ ਕਿਸਾਨ ਤਾਂ ਉੱਥੇ ਹੀ ਖੜੇ ਨੇ ਤਿੰਨੇ ਕਾਲੇ ਕਾਨੂੰਨ ਖੜੇ ਨੇ ਐਮਐਸਪੀ ਦਿੱਤੀ ਨਹੀਂ ਗਈ ਹਾਂ ਅਗਰ ਇਹਨਾਂ ਨੂੰ ਲੱਗਦਾ ਕਿ 2+2 4 ਹੋਣਗੇ ਪੋਲਿਟਿਕਸ ਜਿੱਦਾਂ ਨਹੀਂ ਹੁੰਦਾ ਇਹ ਗਿੰਦੇ ਹੋਣਗੇ ਕਿ ਜਲੰਧਰ ਵਿੱਚ ਵੋਟ ਕਰ ਲਓ ਆਪਣੀ ਅਕਾਲੀ ਦਲ ਦੀ ਤੇ ਨਾਲ ਪਾ ਲਓ ਭਾਜਪਾ ਦੀ ਤੇ ਅਸੀਂ ਜਿੱਤ ਜਾਣਾ ਸੀ ਜਾਂ ਅਸੀਂ ਲੱਗੇ ਆ ਜਾਣਾ ਸੀ ਜੀ ਇਸ ਤਰ੍ਹਾਂ ਨਹੀਂ ਹੁੰਦਾ ਜਿੱਦਣ ਇਹਨਾਂ ਨੇ ਭਾਜਪਾ ਨਾਲ ਗੱਠ ਜੋੜ ਕੀਤਾ ਸਮਝ ਲਓ ਇਹਨਾਂ ਦੀ ਸਿੱਖ ਵੋਟ ਤੇ ਕਿਸਾਨਾਂ ਦੀ ਵੋਟ ਹੋਰ ਕਿੱਦੂ ਜੀ ਉੱਥੇ ਆ ਜਾਣਗੇ ਫਿਰ ਤੁਹਾਡੇ ਕੋਲੇ ਵੱਡੀ ਜ਼ਿੰਮੇਵਾਰੀ ਆ ਦੇਸ਼ ਪੱਧਰ ਦੀ ਆਲ ਇੰਡੀਆ ਕਾਂਗਰਸ ਤੇ ਤੁਸੀਂ ਕਿਸਾਨੀ ਦੇ ਚੇਅਰਮੈਨ ਨੂੰ ਕੀ ਲੱਗਦਾ ਸੁਨੀਲ ਜਾਖੜ ਨੇ ਕਿਹਾ ਕਿ ਕਰਜ਼ਾ ਜੇ ਮੁਕਤ ਹੋਣਾ ਕਿਸਾਨਾਂ ਤੋਂ ਉਹ ਸਿਰਫ ਭਾਜਪਾ ਕੋਲੇ ਬਦਲਿਆ ਔਰ ਕਿਸੇ ਸੇ ਸਿਆਸੀ ਪਾਰਟੀ ਪਾ ਨੇ ਕਰਜ਼ੇ ਮਾਫ ਕਹਦੇ ਕੀਤੇ ਨੇ ਹਲੇ ਤੱਕ ਜੀ ਹਲੇ ਤੱਕ ਕਰਜ਼ੇ ਮਾਫ ਹੋਏ ਨੇ ਪਿਛਲੇ 9 ਸਾਲਾਂ ਚ ਖਰੇ 12 ਲੱਖ ਕਰੋੜ ਰੁਪਏ ਮਾਫ ਕੀਤਾ ਅਡਾਨੀਆਂ ਦੇ ਅਮਬਾਨੀਆਂ ਦੇ ਇੱਕ ਇੱਕ ਪਰਿਵਾਰ ਦਾ 25-25000 ਕਰੋੜ ਰੁਪਏ ਮਾਫ ਕੀਤਾ ਵਾ ਪੰਜਾਬ ਦਾ ਤਾਂ ਕੁੱਲ ਕਰਜ਼ਾ ਹੀ 1 ਲੱਖ ਕਰੋੜ ਰੁਪਏ 12ਵਾਂ ਹਿੱਸਾ ਜਿਹੜਾ ਇਹਨਾਂ ਨੇ ਮਾਫ ਕੀਤਾ ਵਾ हां करण ਕਿਸਾਨਾਂ ਦਾ ਇੱਕ ਵੱਡਿਓ ਕਰਜ਼ਾ ਮਾਫ ਕਰਦੇ ਨੇ ਇੱਕ ਵਾਰੀ ਕਿਸਾਨਾਂ ਨੂੰ ਪੈਰਾ ਤੇ ਖੜੇ ਕਰਨ ਵਾਸਤੇ ਮੈਂ ਸਵਾਗਤ ਕਰੂੰਗਾ ਜੀ ਚੁਣੌਤੀ ਕਿੰਨੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਖਾਸ ਤੌਰ ਤੇ ਤੁਹਾਡੇ ਕੋਲੇ ਜ਼ਿੰਮੇਵਾਰੀ ਵੇ ਤੁਸੀਂ ਤਾਂ ਕਦੇ ਇਸ ਚੀਜ਼ ਨੂੰ ਸਰਚ ਵੀ ਕੀਤਾ ਹੋਵੇਗਾ ਕਿੰਨਾ ਕੁ ਸੌਖਾ ਹੋਵੇ ਕਿਸੇ ਵੀ ਸੱਤਾਧਾਰੀ ਦੇ ਲਈ ਭਾਵੇਂ ਆਪ ਹੋਵੇ ਤੁਸੀਂ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜਪਾ ਹੋਵੇ ਸਟੇਟ ਗਵਰਨਮੈਂਟ ਤਾਂ ਆਪ ਉਜੜੀ ਹੋਈ ਉਹਦੇ ਕੋਲ ਪੈਸੇ ਹੀ ਹੈ ਨਹੀਂਗਾ ਕੇਂਦਰ ਸਰਕਾਰ ਕੋ ਪੈਸਾ ਹੀ ਪੈਸਾ ਵਾ ਜੀਐਸਟੀ ਸਾਰੀ ਉਹਨਾਂ ਕੋ ਜਾ ਰਹੀ ਹੈ ਸਾਰੇ ਦੇਸ਼ ਦੇ ਟੈਕਸ ਉੱਥੇ ਜਮ੍ਹਾਂ ਹੋ ਰਹੇ ਨੇ ਜਿੰਨਾ ਪੈਸਾ ਖਜ਼ਾਨੇ ਦੇ ਵਿੱਚ ਉੱਥੇ ਆ ਉਹ ਸਭ ਨਾਲ ਸਟੇਟਾਂ ਦਾ ਹੁਣ ਸਟੇਟ ਗਵਰਨਮੈਂਟ ਆ ਸਾਡਾ ਤਾਂ 3 ਲੱਖ ਕਰੋੜ ਦੀ ਕਰਜ਼ਾਈ ਸਟੇਟ ਹੀ ਆ 1 ਲੱਖ ਕਰੋੜ ਦਾ ਕਰਜ਼ਾ ਕਿੱਦਾਂ ਮਾਫ਼ ਕਰ ਦਊ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਨਹੀਂ ਕਰ ਸਕੇ 2 ਲੱਖ ਰੁਪਈਆ ਵੀ ਸਾਰਿਆਂ ਨੂੰ ਨਹੀਂ ਦੇ ਸਕੇ ਸਟੇਟਾਂ ਕੋਲ ਕੋਈ ਪੈਸਾ ਨਹੀਂਗਾ ਆ ਜਿਹੜਾ ਭਗਵੰਤ ਨੇ ਕਿਹਾ ਸੀ ਮੈਂ ਮੂੰਗੀ ਦੇ ਦਊ ਐਮਐਸਪੀ ਕਿ ਦੇ ਦੇ ਸਕੇ ਐਮਐਸਪੀ ਅੱਜ ਐਮਐਸਪੀ ਮੂੰਗੀ 90% ਜਿਹੜੀ ਐਮਐਸਪੀ ਤੋਂ ਘੱਟ ਵਿਕਰੀ ਆ ਦੇ ਨਹੀਂ ਸਕਦੇ ਪੈਸੇ ਹੀ ਹੈ ਨਹੀਂ ਗਾ ਔਰ ਥੋੜੀ ਜਿਹੀ ਛੋਟੀ ਜੀ ਫਸਲ ਪਿਛਲੇ ਸਾਲ ਨਾਲੋਂ 75% ਮੂੰਗੀ ਘੱਟ ਵਿਜੀ ਲੋਕਾਂ ਨੇ ਐਤ ਕਿਉਂਕਿ ਪਿਛਲੇ ਸਾਲ ਦੇਖ ਲਿਆ ਬੇਕਦਰੀ ਹੈ ਤੇ ਜੇ ਤੁਸੀਂ ਛੋਟੀ ਜੀ ਮੂੰਗੀ ਦੀ ਐਮਐਸਪੀ ਨਹੀਂ ਦੇ ਸਕਦੇ ਕਰਜ਼ਾ ਕਿ ਤੁਮਾਫ ਕਰਦੇ ਜੀ ਤਾਂ ਤੁਹਾਡੀ ਪ੍ਰਤਾਪ ਸਿੰਘ ਬਾਜਬਾ ਨੇਤਾ ਵਿਰੋਧੀ ਤਰ ਕਾਂਗਰਸ ਦੇ ਪ੍ਰਧਾਨ ਸੂਬਾ ਪ੍ਰਧਾਨ ਮੋਹਿੰਦਰ ਸਿੰਘ ਰਾਜਾ ਬੜੈਂਗ ਉਹਨਾਂ ਦੇ ਨਾਲ ਅੱਜ ਮੀਟਿੰਗ ਵੀ ਹੋਈ ਹੈ ਚਰਚਾਵਾ ਹੋਈਆਂ ਹੋਣਗੀਆਂ ਕੀ ਗੱਲ ਕੀ ਸੋਚਦੀ ਹੈ ਕਾਂਗਰਸ ਵੀ ਅੱਗੇ ਕੀ ਪਲਾਨ ਹੋਣਗੇ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈ ਕਾਂਗਰਸ ਤੇ ਬਾਰੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਤਾਂ ਸਾਡੀਆਂ ਪਾਰਟੀ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਲਗਾਤਾਰ ਹੁਣ ਸਾਡੀ ਕੱਲ ਪਰਸੋਂ ਪੋਲਿਟੀਕਲ ਅਫੇਅਰਸ ਕਮੇਟੀ ਬਣੀ ਆ ਹਾਂਜੀ ਹਾਂਜੀ ਉਹਦੀ ਮੀਟਿੰਗ ਹੋਵੇਗੀ ਹਰ ਪੋਲਿਟੀਕਲ ਪਾਰਟੀ ਆਪਣਾ ਪ੍ਰੋਗਰਾਮ ਲੀਕਦੀ ਆ ਨਾ ਕਿ ਅਸੀਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਚੱਕ ਕੇ ਲਿਆ ਕੇ ਮੁੜ ਕੇ ਤੇ ਪਬਲਿਕ ਡੋਮੇਨ ਦੇ ਵਿੱਚ ਲਿਆ ਕੇ ਤੇ ਅਸੀਂ ਲੋਕਾਂ ਦਾ ਕੌਨਫੀਡੈਂਸ ਕਿਦਾਂ ਜਿੱਤਣਾ ਇਹ ਮੀਟਿੰਗਾਂ ਇਸ ਤਰ੍ਹਾਂ ਦੀਆਂ ਨਾਲ ਚੱਲਦੀਆਂ ਰਹਿੰਦੀਆਂ ਸਾਨੂੰ ਕੋਸ਼ਿਸ਼ ਕਰਨੀ ਚਾਹੀ ਪੀਪਲਜ਼ ਇਸ਼ੂਸ ਲੈ ਕੇ ਤੇ ਜ਼ਮੀਨ ਤੇ ਉਤਰ ਕੇ ਜਿਹੜਾ ਸੰਘਰਸ਼ ਕੀਤਾ ਜਾਵੇ ਉਹਦਾ ਬਹੁਤ ਫਾਇਦਾ ਹੁੰਦਾ ਜਦੋਂ ਅਸੀਂ ਇਕੱਲੇ ਬਿਆਨ ਦਿੰਨੇ ਨੇ ਜਾਂ ਬੰਦ ਕਮਰਿਆਂ 'ਚ ਬੈਠ ਕੇ ਕੋਸ਼ਿਸ਼ ਕਰਦੇ ਨੇ ਸ਼ਾਇਦ ਉਹਦਾ ਉਨਾ ਫਾਇਦਾ ਨਹੀਂ ਹੁੰਦਾ ਖਾਸ ਤੌਰ ਤੇ ਆਪੋਜੀਸ਼ਨ ਨੂੰ ਸਰਕਾਰਾਂ ਅਫੋਰਡ ਕਰ ਸਕਦੀਆਂ ਹਮਲਾ ਹੁੰਦਾ ਸਾਰਾ ਕੁਝ ਹੁੰਦਾ ਬੈਠੇ ਬਿਠਾਏ ਗੱਲਾਂ ਬਾਤਾਂ ਕਰੀਗੇ ਜਿੱਦਾਂ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਦੀ ਮਾਹਰ ਆ ਐਵੇਂ ਇਧਰੋਂ ਪਵਾਤੀ ਗੁਰਦਾਸਪੁਰੋਂ ਵੀਡੀਓ ਉਧਰੋਂ ਪਵਾਤੀ ਅਬੂਰੋਂ ਇੱਕ ਫਾਜ਼ਲ ਕਾ ਤੋਂ ਟੇਲੈਂਡਾ ਦੇ ਪਾਣੀ ਪਹੁੰਚ ਗਿਆ ਇਦਾਂ ਨਹੀਂ ਜੀ ਉਹਦੇ ਕਾਉਂਟਰ ਵੀਡੀਓਜ਼ ਵੀ ਆ ਗਿਆ ਨਾਲ ਹੀ ਜਿਹੜਾ ਤੁਸੀਂ ਕਹ ਰਹੇ ਕਿ ਕੁਝ ਇਹਨਾਂ ਨੇ ਅੱਛੇ ਕੰਮ ਕੀਤੇ ਨੇ ਦੇਖੋ ਜਿਹੜੇ ਕੰਮ ਜਿਹੜੇ ਕੰਮ ਇਹ ਦੇ ਰਹੇ ਨੇ ਨਾ ਮੁਫਤ ਖੋਰੀ ਦੀ ਮੈਂ ਆਪਣੀ ਜ਼ਾਤੀ ਗੱਲ ਕਰਦਾ ਮੈਂ ਪਾਰਟੀ ਦੀ ਗੱਲ ਨਹੀਂ ਆਈ ਐਮ ਅਗੇਂਸਟ ਫ੍ਰੀ ਵੀ ਪੋਲਿਟਿਕਸ ਮੁਫਤ ਖੋਰੀ ਨਾਲ ਕਿਤੇ ਕੋਈ ਤਣ ਪੱਤਣ ਨਹੀਂ ਲੱਗਿਆ ਕਿਤੇ ਤੁਸੀਂ ਦੇਖੋ ਅਮਰੀਕਾ ਨਾਲੋਂ ਜ਼ਿਆਦਾ ਪਾਵਰਫੁਲ ਤੇ ਅਮੀਰ ਤਾਂ ਨਹੀਂ ਨਾ ਹੈਗੇ ਕੈਨੇਡਾ ਔਰ ਯੂਰੋਪੀਅਨ ਕੰਟਰੀ ਕਿੱਥੇ ਮੁਫਤ ਕੋਰੀ ਹੈਗੀ ਸਿਰਫ ਸੋਸ਼ਲ ਵੈਲਫੇਅਰ ਸਕੀਮਸ ਗਰੀਬਾਂ ਲਈ ਬਜ਼ੁਰਗਾਂ ਲਈ ਵਿਦਵਾਵਾਂ ਲਈ ਜਾਂ ਜਿਹੜੇ ਗਰੀਬਾਂ ਦੇ ਬੱਚੇ ਨੇ ਉੱਥੇ ਤੱਕ ਰੱਖਦੇ ਨੇ ਉਹ ਜਾਂ ਮੈਕਸਿਮਮ ਸਬਸਾਈਡਾਈਜ਼ ਹੁੰਦੀ ਹੈ ਫਾਰ ਐਗਰੀਕਲਚਰ ਪਰਪਸਸ ਕਿਉਂਕਿ ਕਿਸਾਨੀ ਵਰਲਡ ਓਵਰ ਇੱਕ ਘਾਟੇ ਦਾ ਧੰਦਾ ਮੰਨਿਆ ਗਿਆ ਇੱਥੇ ਸਬਸਿਡੀ ਚੱਲ ਸਕਦੀ ਆ ਬਟ ਬਿਯੋਂਡ ਦ ਜਦੋਂ ਆਪਾਂ ਸਭ ਕੁਝ ਮੁਫਤ ਕਰ ਤੁਸੀਂ ਇਹਦੇ ਇਹਦੇ ਇੰਪੈਕਟ ਅੱਜ ਹੁਣ ਪਹਿਲੇ ਸਾਲ ਵਿੱਚ ਆਮ ਆਦਮੀ ਪਾਰਟੀ ਨੇ 40 ਹਜ਼ੂਰ 40000 ਕਰੋੜ ਦਾ ਕਰਜ਼ਾ ਐਡ ਕਰਤਾ ਜੀ ਇਹ ਬੇਸਿਕਲੀ ਜਦੋਂ ਆਪਾਂ ਸਭ ਕੁਝ ਮੁਫਤ ਕਰਨਾ ਕਿਹਾ ਵੀ ਮੁਫਤ ਆ ਵੀ ਮੁਫਤ ਤੇ ਕਰਜ਼ਾ ਤਾਂ ਚੜਨਾ ਹੀ ਸਟੇਟ ਨੇ ਤਾਂ ਪੈਸੇ ਦੇਣੇ ਹੀ ਆ ਨਾ ਜੀ ਜਿਹੜੀ ਬਿਜਲੀ ਦੀ ਟਿਊਬਲਾਂ ਦੀ ਸਬਸਿਡੀ ਸਾਡੀ ਮੇਰੇ ਖਿਆਲ 5000 ਤੋਂ ਸ਼ੁਰੂ ਹੋਈ ਸੀਗੀ ਸ਼ਾਇਦ ਉਹ ਤੋਂ ਵੀ ਘੱਟ ਸਬਸਿਡੀ ਸ਼ੁਰੂ ਹੋਈ ਸੀਗੀ ਅੱਜ ਤੋਂ 1997 ਚ ਹੁਣ ਸਾਡਾ ਕੱਲਾ ਟਿਊਬਲਾਂ ਦਾ ਤੇ ਆ ਜਿਹੜਾ ਬਿਜਲੀ ਮੁਫਤ ਦੇ ਰਹੇ ਨੇ ਇਹਦਾ 20000 ਕਰੋੜ ਦੀ ਸਬਸਿਡੀ ਪੰਜਾਬ ਸਰਕਾਰ ਨੂੰ ਪੀਐਸਪੀਸੀਲ ਨੂੰ ਦੇਣੀ ਪੈ ਰਹੀ ਹੈਗੀ ਤੇ ਫਿਰ ਕਿੱਦਾਂ ਸਾਡੀਆਂ ਜਿਹੜਾ ਨੈਟਵਰਕ ਠੀਕ ਹੋਊਗਾ ਅੱਜ ਤੁਸੀਂ ਐਂ ਕਰੋ ਬਿਜਲੀ ਬੋਰਡ ਦੇ ਜਾ ਕੇ ਦੇਖੋ ਨਾ ਉਹਨਾਂ ਕੋ ਪੌੜੀ ਵੀ ਹੈ ਨਹੀਂਗੀ ਉਹਨਾਂ ਕੋ ਬੰਦੇ ਹੈ ਨਹੀਂਗੇ ਉਹਨਾਂ ਕੋ ਗੱਡੀਆਂ ਹੈ ਨਹੀਂਗੀਆਂ ਉਹ ਪਿੰਡ ਚ ਆਉਂਦੇ ਨੇ ਸਭ ਤੋਂ ਪਹਿਲਾਂ ਹੋਕਾ ਦਿੰਦੇ ਕਿ ਪੌੜੀ ਲਿਆਇਓ ਉਹ ਟਰਾਲੀ ਲਿਆਇਓ ਉਹ ਟਰਾਂਸਫਾਰਮਰ ਲੱਦਣਾ ਵਾ ਸੋ ਵਾਟ ਇਜ਼ ਦ ਪੁਆਇੰਟ ਆਫ ਥੈਟ ਠੀਕ ਹੈ ਸਾਨੂੰ ਗਰੀਬ ਤਪਕੇ ਨੂੰ ਕੁਝ ਨਾ ਕੁਝ ਸਹੂਲਤ ਦੇਣੀ ਬਣਦੀ ਹੈਗੀ ਮੇਰਾ ਮੰਨਣਾ ਵਾ ਕਿ ਦੋ ਸੈਕਟਰ ਉਹਨਾਂ ਦੋਨਾਂ ਚੋਂ ਵੀ ਇੱਕ ਹੋਰ ਅੱਗੇ ਇੰਪੋਰਟੈਂਟ ਇੱਕ ਐਜੂਕੇਸ਼ਨ ਤੇ ਇੱਕ ਹੈਲਥ케ਅਰ ਇਹਦੇ ਚ ਤੁਸੀਂ ਲੋਕਾਂ ਨੂੰ ਕੁਝ ਰੀਲੀਫ ਦਿਓ ਅੱਛੀ ਸੋਚ ਕੇ ਜੀ ਐਜੂਕੇਸ਼ਨ ਫਿਰ ਵੀ ਥੋੜੀ ਬਹੁਤ ਹੀ ਲੋਕਾਂ ਦੇ ਪਹੁੰਚ ਜਿਹੜੀ ਇਲਾਜ ਆ ਹਸਪਤਾਲਾਂ ਦਾ ਉਹ ਤਾਂ ਬਿਲਕੁਲ ਹੀ ਆਮ ਜਨਤਾ ਦੇ ਪਹੁੰਚ ਤੋਂ ਬਾਹਰ ਆ ਉਹ ਫ੍ਰੀ ਕਰੋ ਕੈਂਸਰ ਦਾ ਇਲਾਜ ਕੋਈ ਹਾਰਟ ਦੇ ਇਸ਼ੂਜ਼ ਕੋ ਕਿਡਨੀਜ਼ ਦੇ ਇਸ਼ੂਜ਼ ਕੋ ਲਿਵਰ ਦੇ ਇਸ਼ੂਜ਼ ਤਾਂ ਕਿ ਉਹਨਾਂ ਦੀ ਚਾਨਾ ਬਚ ਸਕੇ ਜੀ ਖੈਰਾਬਾਬ ਅਖੀਰ ਤੇ ਸਵਾਲ ਇਹ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਨੰਬਰਤ ਪਾਲ ਨੂੰ ਲੈ ਕੇ ਜਾਂ ਹੋਰ ਬਹੁਤ ਇੱਥੇ ਪੰਜਾਬ ਦੇ ਵਿੱਚ ਮਸਲੇ ਪਾਖੇ ਤੁਸੀਂ ਸਮਰਥਨ ਦੇ ਵਿੱਚ ਸੀ ਤੁਸੀਂ ਕਹਿੰਦੇ ਸੀ ਇਹ ਗਲਤ ਕਰ ਰਹੀ ਹੈ ਜੋ ਵੀ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪ੍ਰਧਾਨ ਤੁਹਾਡੇ ਸੂਬਾ ਪ੍ਰਧਾਨ ਮਰਿੰਦਰ ਸਿੰਘ ਰਾਜਵੜੀ ਕਹਿੰਦੇ ਸੀ ਕਿ ਇਹਨਾਂ ਦੇ ਕਾਰਵਾਈ ਕਰੋ ਇਹ ਸਭ ਕੁਝ ਗਲਤ ਹੋ ਰਿਹਾ ਉਦੋਂ ਤੁਹਾਨੂੰ ਇਹ ਸੋਣ ਨੂੰ ਮਿਲਿਆ ਕਿ ਖੈਰਾ ਸਾਹਿਬ ਤੁਸੀਂ ਇਹ ਨਾ ਬੋਲੋ ਪਾਰਟੀ ਇਹ ਚਾਹੁੰਦੀ ਹੈ ਪਰ ਤੁਸੀਂ ਇਹ ਚਾਹੁੰਦੇ ਹੋ ਜਾਂ ਫਿਰ ਅੰਮ੍ਰਿਤਪਾਲ ਵਾਲਾ ਮਸਲਾ ਹੁਣ ਭਵੇਂ ਅੱਜਕੱਲ ਉਹ ਬਵਾਦ ਜਾਂ ਉਹਦੀ ਚਰਚਾ ਨਹੀਂ ਹੋ ਰਹੀ ਉਦੋਂ ਉਸ ਸਮੇਂ ਤੇ ਬੜੀ ਚੱਤ ਦੇਖੋ ਇਸ ਤਰ੍ਹਾਂ ਹੁੰਦਾ ਵਾ ਫਿਰ ਆਜੋ ਤੁਸੀਂ ਵਾਪਸ ਕਿ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੁੰਦੀਆਂ ਉਹਦੇ ਵਿੱਚ ਹਰ ਤਰ੍ਹਾਂ ਦੇ ਵਿਅਕਤੀ ਹੁੰਦੇ ਨੇ ਹਰ ਧਰਮਾਂ ਦੇ ਵੱਖ-ਵੱਖ ਵਿਅਕਤੀ ਹੁੰਦੇ ਨੇ ਹੋ ਸਕਦਾ ਇੱਕ ਸੈਕਸ਼ਨ ਨੂੰ ਲੱਗਦਾ ਕਿ ਕੰਮ ਗਲਤ ਹੋ ਰਿਹਾ ਪਰ ਮੈਂ ਜਿਹੜੀ ਅੰਮ੍ਰਿਤਪਾਲ ਦੀ ਦੇ ਮੁੱਦੇ ਤੇ ਐਨਐਸਏ ਤੇ ਗੱਲ ਕੀਤੀ ਮੇਰੀ ਥੋੜੀ ਜੀ ਦਲੀਲ ਸੁਣ ਲਓ ਪਹਿ ਮੈਂ ਅਮਰਿਤਪਾਲ ਨੂੰ ਸਪੋਰਟ ਨਹੀਂ ਕਰ ਰਿਹਾ ਉਹਦੀ ਆਈਡੀਓਲੋਜੀ ਨੂੰ ਸਪੋਰਟ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਕਿ ਅਗਰ ਅਮਰਿਤਪਾਲ ਨੇ ਪੰਜਾਬ ਦੇ ਵਿੱਚ ਕੋਈ ਗਲਤ ਕੰਮ ਕੀਤਾ ਤੁਸੀਂ ਪੰਜਾਬ ਦੇ ਕਾਨੂੰਨ ਤੇ ਤਹਿਤ ਉੱਤੇ ਪਰਚੇ ਦਰਜ ਕਰੋ ਉਹਦੀ ਟ੍ਰਾਇਲ ਕਰੋ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਐਨਐਸਸੀ ਕੋਲੋਂ ਨਹੀਂਓ ਤੁਸੀਂ ਦੱਸੋ ਅਮਰਿਤਪਾਲ ਨੇ ਇੱਕ ਜਨਾਲੇ ਥਾਣੇ 'ਚ ਭੰਨਤੋੜ ਹੋਈ ਨਾ ਸਾਡੇ ਕੋਲ ਸੈਕਸ਼ਨਸ ਹੈਗੇ ਨੇ 452 ਲਾਓ 307 ਲਾਓ ਉਹਨੂੰ ਅਮਰਸਰ ਦੀ ਜੇਲ੍ਹ 'ਚ ਰੱਖੋ ਤਾਂ ਕਿ ਉਹਦੇ ਮਾਪਿਓ ਮਿਲ ਸਕਣ ਉਹਦੇ ਕੋਈ ਦੂਜੇ ਰਿਸ਼ਤੇਦਾਰ ਆ ਸਕਣ ਤੁਸੀਂ ਅਗਰ ਉਹ ਕਹਿੰਦਾ ਖਾਲਸਾਣ ਦੀ ਗੱਲ ਕਰਦਾ ਤੁਸੀਂ ਉਹਦੇ ਤੇ ਜਿਹੜੀਆਂ ਸੀ ਸੈਸ਼ਨ ਦੀਆਂ ਧਾਰਾਵਾਂ ਵਾਂ ਵੱਖਵਾਦੀ ਧਾਰਾਵਾਂ ਨੇ ਸ਼ਾਇਦ 153 A ਹੈਗਾ ਲਾਓ ਜੀ ਉਹਦੀ ਟ੍ਰਾਇਲ ਕਰੋ ਉਹਨੂੰ ਬਠਿੰਡੇ ਜੇਲ੍ਹ ਚ ਰੱਖ ਲਓ ਜੇ ਲਾਰੈਂਸ ਬਿਸ਼ਨੂ ਹੀ ਰਹਿ ਸਕਦਾ ਪੰਜਾਬ ਦੀਆਂ ਜੇਲਾਂ ਵਿੱਚ ਤੇ ਅੰਮ੍ਰਿਤਪਾਲ ਕਿਉਂ ਨਹੀਂ ਰਹਿ ਸਕਦਾ ਜੀ ਉਹਨੂੰ NSA ਲਾ ਕੇ ਡਿਬਰੂਗੜ ਕਿਉਂ ਭੇਜਿਆ ਜੀ ਨਾ ਵਿਚਾਰੇ ਰੋਟੀ ਪਚੇ ਨਾ ਉਹਨਾਂ ਦਾ ਮੌਸਮ ਨਾ ਉਹਨਾਂ ਦੀ ਜ਼ੁਬਾਨ ਸਮਝ ਆਵੇ ਨਾ ਉਹਨਾਂ ਦਾ ਸੱਭਿਆਚਾਰ ਆ ਪਿੱਛੇ ਹੀ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ ਸੋ ਦੇਰਫੋਰ ਤਾਂ ਕਰਕੇ ਮੈਂ ਆਪੋਸ ਕਰਾ ਔਰ NSA ਕੱਲਾ ਨਹੀਂ ਮੈਂ ਯੋਆਪਾ ਦਾ ਵੀ ਵਿ ਜਦੋਂ ਯੋਵਾਪਾ ਵੀ ਲਾਉਂਦੇ ਸੀਗੇ ਗਰੀਬਾਂ ਦੇ ਬੱਚਿਆਂ ਦੇ ਉੱਤੇ ਮੈਂ ਸਾਰੇ ਪੰਜਾਬ ਦੇ ਵਿੱਚ ਮਾਨਸਾ, ਕੈਥਲ, ਪਟਿਆਲਾ, ਨਵਾਂ ਸ਼ਹਿਰ ਤੇ ਮਜੀਠਾ ਜੀ ਸਾਰੇ ਗਰੀਬਾਂ ਦੇ ਘਰਾਂ ਜਾ ਕੇ ਉਹਨਾਂ ਨੂੰ ਛੁਡਾਇਆ ਉੱਥੋਂ ਯੋਵਾਪਾ ਦੇ ਵਿੱਚੋਂ ਸਮਝ ਗਏ ਮੈਂ ਟਾਡਾ ਦਾ ਵੀ ਵਿਰੋਧੀ ਹਾਂ ਕਿਉਂਕਿ ਜਿਹੜਾ ਬਾਬਾ ਸਾਹਿਬ ਉਮੀਦਵਾਰ ਦੀ ਫੋਟੋ ਲਾਈ ਭਗਵੰਤ ਮਾਨ ਨੇ ਜਦੋਂ ਉਹਨਾਂ ਨੇ ਸਵਿਧਾਨ ਬਣਾਇਆ ਉਹਨਾਂ ਨੇ ਟਾਡਾ ਤੇ ਯੁਆਪਾ ਤੇ ਐਨਐਸ ਰੱਖੀ ਸੀਗੀ ਇਹ ਤਾਂ ਬਾਅਦ ਸਰਕਾਰਾਂ ਨੇ ਲਾਈਆਂ ਫੋਟੋ ਤੁਸੀਂ ਉਹਨਾਂ ਦੀ ਲਾਉਨੇ ਹੋ ਕੰਮ ਤੁਸੀਂ ਮੋਦੀ ਸਾਹਿਬ ਦਾ ਤੇ ਬੀਜੇਪੀ ਦਾ ਜਾਂ ਹੋਰ ਤਾਨਾਸ਼ਾਹਾਂ ਆ ਜਿਹੜੀਆਂ ਡ੍ਰਿਕੋਨੀਅਨ ਲਾਜ਼ ਵਰਤਦੀਆਂ ਉਹਨਾਂ ਪਾਰਟੀਆਂ ਦਾ ਕਰਦੇ ਹੋ ਤਾਂ ਕਰਕੇ ਮੈਂ ਬਰੋ ਜੀ ਖੈਰਾ ਸਾਹਿਬ ਅਖੀਰ ਤੇ ਵੀ ਕਹਿੰਦੇ ਜਦੋਂ ਲੀਡਰ ਕੋਈ ਵੀ ਹੁੰਦਾ ਸਿਆਦਦਾਨ ਕਹਿੰਦੇ ਸੱਤਾ ਤੋਂ ਜਦੋਂ ਬਾਹਰ ਹੁੰਦਾ ਉਦੋਂ ਇਸ ਗੱਲ ਦਾ ਦੁੱਖ ਤਾਂ ਨਹੀਂ ਹੁੰਦਾ ਵੀ ਯਾਰ ਸੱਤਾ ਦੇ ਵਿੱਚ ਸੀ ਅਫਸਰ ਸਾਹੀ ਆਲੇ-ਦੁਆਲੇ ਸੀ ਤੇ ਖੈਰਾ ਸਾਹਿਬ ਨੂੰ ਇਹ ਤਾਂ ਨਹੀਂ ਲੱਗਦਾ ਵੀ ਯਾਰ ਸੱਤਾ ਤੋਂ ਬਾਹਰਾਂ ਤੇ ਹੁਣ ਬੜਾ ਔਖਾ ਜਦੋਂ ਹਲਕੇ ਦੇ ਵਿੱਚ ਜਾਣੇ ਉਸ ਤਰ੍ਹਾਂ ਦੀ ਸਾਨੂੰ ਸ਼ੌਕਤ ਦੇ ਨਾਲ ਨਹੀਂ ਉਸ ਤਰ੍ਹਾਂ ਦੇ ਮੈਂ ਤਾਂ ਜ਼ਿਆਦਾ ਮੇਰਾ ਲਾਈਫਟਾਈਮ ਮジョਰਿਟੀ ਸਟਰਗਲ ਦੇ ਵਿੱਚ ਤੇ ਆਪੋਜੀਸ਼ਨ 'ਚ ਹੀ ਰਿਹਾ ਮੈਂ ਕੁਆਇਟ ਯੂਸਡ ਹਾਂ ਇਸ ਲਾਈਫਸਟਾਈਲ ਨੂੰ ਇੱਕ ਗੱਲ ਇਹਦੇ 'ਚ ਅੱਛੀ ਤਰ੍ਹਾਂ ਸਮਝੋ ਇਹਦੇ 'ਚ ਰਿਸਪੈਕਟ ਬਹੁਤ ਹੁੰਦੀ ਜਦੋਂ ਤੁਸੀਂ ਲੋਕਾਂ ਦੀ ਗੱਲਾਂ ਲੋਕਾਂ ਨੂੰ ਡਿਫੈਂਡ ਕਰਦੇ ਹੋ ਗਰੀਬਾਂ ਦੇ ਹੱਕ 'ਚ ਬੋਲਦੇ ਹੋ ਜ਼ੁਲਮ ਦੇ ਖਿਲਾਫ ਲੜਦੇ ਹੋ ਤੁਹਾਡੀ ਦੁਨੀਆ ਭਰ 'ਚ ਰਿਸਪੈਕਟ ਬਣਦੀ ਮੰਤਰੀ ਤਾਂ ਸਿਰਫ ਗੱਡੀ ਦੇ ਅੱਗੇ ਝੰਡੀ ਲੱਗਦੀ ਹੈ ਨਾ ਉੱਥੇ ਤੁਹਾਡੀ ਜ਼ਿੰਦਗੀ ਦੇ ਅੱਗੇ ਝੰਡੀ ਲੱਗੀ ਹੁੰਦੀ ਹੈ ਸੋ ਮੈਨੂੰ ਤਾਂ ਬੜੀ ਸੰਤੁਸ਼ਟੀ ਹੁੰਦੀ ਹੈ ਔਰ ਦਿਲ 'ਚ ਬੜੀ ਖੁਸ਼ੀ ਇਤਮਨਾਨ ਹੁੰਦਾ ਜਦੋਂ ਔਰ ਮੈਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖ ਰਿਹਾ ਕਿ ਦੇਖੋ ਆਪਣੇ ਗਵਾਂਡੀ ਮੁਲਕ ਦੇਖ ਲਓ ਇਮਰਾਨ ਖਾਨ ਕਿਦਾਂ ਸਟਰਗਲ ਕਰ ਰਿਹਾ ਉਹ ਫੌਜ ਨਾਲ ਲੜ ਰਿਹਾ ਸੀ ਤਾਂ ਚਲੋ ਛੋਟੀ ਜੀ ਪੁਲਿਸ ਨਾਲ ਲੜ ਰਿਹਾ ਸੀ ਸੋ ਆਈ ਗੈਟ ਲੋਟ ਆਫ ਇਨਸਪੀਰੇਸ਼ਨ ਫਰਮ ਥੈਟ ਤਾਂ ਕਰਕੇ ਲੜਦੇ ਆ ਔਰ ਕੋਈ ਫਰਕ ਨਹੀਂ ਪੈਂਦਾ ਹਾਂ ਅਗਰ ਵਾਹਿਗੁਰੂ ਨੇ ਲਿਖਿਆ ਹੋਇਆ ਕਿ ਕਿਸੇ ਦਿਨ ਰਾਜ ਭਾ ਜੀ ਉਹ ਮਿਲਣੇ ਮਿਲਣਾ ਤੇ ਜਨੇ ਨਹੀਂ ਲਿਖਿਆ ਤੇ ਫਿਰ ਇਦਾਂ ਮਗਰ ਭੱਜ ਕੇ ਮਿਲਦਾ ਨਹੀਂ ਹੁੰਦਾ ਕੀ ਲੱਗਦਾ ਹੈ ਕਾਂਗਰਸ ਵੱਡੀਆਂ ਜ਼ਿੰਮੇਵਾਰੀਆਂ ਦੇ ਰਹੀਆਂ ਆਉਣ ਵਾਲੇ ਸਮੇਂ ਦੇ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਉਮੀਦ ਹੈ ਵੀ ਖੈਰਾ ਸਭ ਨੂੰ ਹੁਣ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਨਹੀਂ ਤਾਂ ਤੁਹਾਡੇ ਬਾਰੇ ਇਹ ਪਹਿਲਾਂ ਕਿ ਕਿੰਨੀ ਵੱਡੀ ਜ਼ਿੰਮੇਵਾਰੀ ਹੈ ਮੈਂ ਜਿਹੜਾ ਕਾਂਗਰਸ ਦਾ ਕਿਸਾਨੀ ਵਿੰਗ ਹੈ ਇੰਡੀਆ ਦਾ ਮੈਂ ਉਹਦਾ ਚੇਅਰਮੈਨ ਹਾਂ ਜੀ ਐਮਐਲਏ ਨੂੰ ਵੱਡੀ ਜ਼ਿੰਮੇਵਾਰੀ ਕਿਹੜੀ ਦੱਸੋ ਮੈਨੂੰ ਸਮਝਾਓ ਅਗਰ ਐਮਐਲਏ ਚਾਵੇ ਉਹ ਕਿੱਥੇ ਤੱਕ ਨਹੀਂ ਪਹੁੰਚ ਸਕਦਾ ਸੋ ਇਸ ਕਰਕੇ ਬਹੁਤ ਵਾਹਿਗੁਰੂ ਨੇ ਜਿੰਨਾ ਕੁਛ ਦਿੱਤਾ ਬਹੁਤ ਦਿੱਤਾ ਵਾ ਜੀ ਔਰ ਅੱਗੇ ਜਿੱਦਾਂ ਮੈਂ ਕਿਹਾ ਕਿ ਅਗਰ ਮੇਰੀ ਤਕਦੀਰ ਚ ਹੋਊਗਾ ਆਪੇ ਮਿਲ ਜਾਣਾ ਜੀ ਖੈਰਾ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਥੈਂਕ ਯੂ ਸੋ ਮੱਚ ਇਹ ਹਨ ਸੁਖਪਾਲ ਸਿੰਘ ਖੈਰਾ ਸਾਬਕਾ ਵਿਰੋਧੀ ਧਿਰ ਦੇ ਨੇਤਾ ਰਹੇ ਅੱਜਕੱਲ ਮੌਜੂਦਾ ਵਿਧਾਇਕ ਨੇ ਹਲਕਾ ਪਲੱਤ ਤੋਂ ਗੱਲਾਂ ਬਾਤਾਂ ਹੁੰਨਾਂ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਕੁਝ ਮਸਲੇ ਨੇ ਜਿੰਨਾਂ ਤੇ ਮੈਂ ਬੋਲਦਾ ਰਹਿਣਾ ਤੇ ਉਹ ਲੋਕਾਂ ਦੇ ਮਸਲੇ ਹੁੰਦੇ ਨੇ ਤੇ ਅੱਗੇ ਮਿਲਦੇ ਆ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਦਿਓ ਆਗਿਆ ਸਤਿ thank yeah. you